ਤੇ ਇੰਦਾਂ ਦੀ ਤਾਂ ਪ੍ਰabhas ਰਸ ਸੰਸਥਾ ਮੈਂ ਬਹੁਤ ਮਨ ਜਾਣ ਗਿਆ ਜੇ ਲੋਕ ਸਮਝਣ ਲੱਗ ਜਾਣ। ਨਹੀਂ ਤੇ ਮੜਾ ਕੀ ਹੈ ਜੇ ਆਪਾਂ ਆਪਣੇ ਸਮਾਜ ਨੂੰ ਰੋਲ ਦੇ ਨੂੰ ਸੰਭਾਲ ਲਈ। ਐਕਸੀਡੈਂਟ ਹੋ ਜਾਂਦਾ ਸੀ ਰੋਡ ਦੇ ਉੱਤੇ ਕੋਈ ਚੁੱਕ ਕੇ ਹਸਪਤਾਲ ਇਸ ਲਈ ਨਹੀਂ ਲੈ ਜਾਂਦਾ ਸੀ ਕਿਉਂਕਿ ਪੁਲਸ ਉਹਨਾਂ ਨੂੰ ਫਿਰ ਢੇੜੇ ਲਵਾਉਂਦੀ ਸੀ। ਉਹਨਾਂ ਤੋਂ ਤਫ਼ਤੀਸ਼ਾਂ ਹੁੰਦੀਆਂ ਸੀਗੀਆਂ। ਬੰਦਾ ਮੋਮਾਇਏ ਜੇ ਨਾ ਫਸ ਗਿਆ। ਉਹ ਕਹਿੰਦਾ ਮੈਂ ਕੀ ਲੈਣਾ ਛੱਡ ਪਰੇ। ਤੇ ਤੁਸੀਂ ਕਹੋਗੇ ਨਾ ਵੀ ਮੈਂ ਕੰਡੇ ਖਤਮ ਕਰਦੇ ਆ ਤੇ ਉਪਰੋਂ ਕੰਡਿਆਂ ਨੂੰ ਕੱਟ ਗਏ ਹਨ ਉਪਰੋਂ ਉਪਰੋਂ ਕੱਟ ਦਵਾ ਹਨ ਉਹ ਟਾਣੀ ਜੀ ਉਹ ਤਾਂ ਦੁਬਾਰਾ ਫਿਰ ਲੱਗ ਜਾਨੇ ਇਸ ਕਰਕੇ ਜਦੋਂ ਚੇਂਜ ਲਿਆਉਣੀ ਹੁੰਦੀ ਹੈ ਨਾ ਸਮਾਜ ਵਿੱਚ ਉਹ ਰੂਟ ਤੇ ਕੰਮ ਕਰਨਾ ਪੈਂਦਾ ਕਈ ਕਹਿੰਦੇ ਤੂੰ ਪੰਗਿਆਂ 'ਚ ਪੈ ਜਾਣਾ ਮੈਂ ਖਾ ਪੰਗੇ 'ਚੋਂ ਨਿਕਲ ਨਹੀਂ ਪੰਗੇ 'ਚ ਪੈਣਾ ਹੀ ਪੈਂਦਾ ਤਾਂ ਸਮਾਜ ਦੇ ਵਿੱਚ ਜਿਨ੍ਹਾਂ ਨੇ ਇੰਨੇ ਵੱਡੇ ਪੱਦਰ ਤੇ ਹਿਸਟਰੀ 'ਚ ਕੰਮ ਕੀਤੇ ਹਨ ਕਿ ਉਹਨਾਂ ਦੇ ਪਰਿਵਾਰ ਰੋਟੀ ਕੋ ਬਿਨਾ ਭੁੱਖੇ ਮਰਦੇ ਰਹੇ ਬੀਥੇ ਰਹਿਣ ਦੀ ਜਗ੍ਹਾ ਤਾਂ ਹੈ ਨਹੀਂ ਸਭ ਦੁਨੀਆ ਆਉਣ ਜਾਣੀ ਐ ਵਿੱਚ ਦੁਨੀਆ ਸੇਵ ਕਮਾਈਏ ਤਦੜ ਕੇ ਬੈਸਣ ਬੈਤ ਇਹ ਚੀਜ਼ ਨੇ ਮੇਰੀ ਮੇਰੀ ਕਰੀ ਹੀ ਜਦੋਂ ਲਗ ਮੇਰੀ ਮੇਰੀ ਕਰ ਤਬਲਾ ਕਾਜ ਇੱਕ ਨਸਰ ਹੈ ਜਿੰਨੀ ਦੇਰ ਤੱਕ ਮਨ ਲ ਮੇਰੀ ਮੇਰੀ ਕਰਦਾ ਨਾ ਮੇਰੀ ਮੇਰੀ ਕਹਿਰੋਂ ਕਰਤੇ ਜੇਕਰ ਬੱਚੇ ਪੈਦਾ ਕਰ ਲੈਣੇ ਬੱਚੇ ਪਾਲ ਲੈਣੇ ਤੇ ਬਸ ਰਹਿਣ ਲਈ ਉਹਨਾਂ ਦੀ ਜਗ੍ਹਾ ਬਣਾ ਲੈਣੀ ਜੀ ਇਥੋਂ ਤੱਕ ਹੀ ਸੀਮਤ ਐ ਸੀ ਤੇ ਕਿਹੜੀ ਕੈਟਾਗਰੀ ਜਾਉਂਗੇ ਪਰ ਕਿਤੇ ਦੇਖ ਕਿਸੇ ਵੀ ਚੀਜ਼ ਨੂੰ ਦੇਖਦੇ ਕੁਦਰਤ ਦੇ ਵਿੱਚ ਉਹ ਸਪੋਰਟ ਕਰ ਰਹੀ ਹੈ ਇੱਕ ਦੂਜੀ ਦੀ ਸਪੋਰਟ ਹੈ ਸ੍ਰਿਸ਼ਟੀ ਦੇ ਚੱਲਣ ਦਾ ਇੱਕ ਦੂਜੀ ਦੀ ਸਪੋਰਟ ਹੈਗੀ ਹੈ ਜੀ ਸਰੀਰ ਦੇ ਆਰਗਨ ਦੇਖ ਰਹੇ ਆਪਾਂ ਇਹ ਸਪੋਰਟ ਹੈਗੀ ਹੈ ਸਪੋਰਟ ਕਰਨਾ ਹੀ ਇੱਕ ਦੂਜੇ ਦੀ ਇਹ ਸਾਡੀ ਡਿਊਟੀ ਹੈ ਸਾਡੇ ਦੇ ਕਰਜ਼ੇ ਵੀ ਬਹੁਤ ਹੁਣ ਫੇਰ ਲੋਨ ਲਈ ਅਸੀਂ ਲੱਗੇ ਹੋਏ ਆਏ ਸਾਨੂੰ ਲੋਨ ਚਾਹੀਦਾ ਹੈਗਾ ਇਸ ਵੇਲੇ ਸਾਡੀਆਂ ਲੋੜਾਂ ਹੀ ਇੰਨੀ ਵਧੀਆਂ ਹੋਈਆਂ ਸਤਿ ਸ਼੍ਰੀ ਅਕਾਲ ਹਮਦਰ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਸ਼ੇਖਰ ਰਾਏ ਸੋ ਅੱਜ ਅਸੀਂ ਖਾਸ ਤੌਰ ਦੇ ਉੱਤੇ ਪਹੁੰਚੇ ਹੋਏ ਹਾਂ ਪ੍ਰਭਾਸਰਾ ਸੰਸਥਾ ਕੁਰਾਲੀ ਦੇ ਵਿੜ ਔਰ ਇੱਥੇ ਆਣ ਦੀ ਇੱਕ ਬਹੁਤ ਵੱਡੀ ਵਜ੍ਹਾ ਵੀ ਹੈ ਉਸ ਦੇ ਨਾਲ ਨਾਲ ਅੱਜ ਦਾ ਜਿਹੜਾ ਵਿਸ਼ਾ ਹੈ ਉਹ ਵੀ ਇਸ ਦੇ ਨਾਲ ਬੜਾ ਜ਼ਿਆਦਾ ਟੁਕਦਾ ਹੈ ਤੇ ਉਹ ਇਹ ਹੈ ਕਿ ਸਾਡਾ ਸਮਾਜ ਪ੍ਰਤੀ ਸਾਡੀਆਂ ਜਿਹੜੀਆਂ ਜ਼ਿੰਮੇਵਾਰੀਆਂ ਨੇ ਸਾਡੀ ਡਿਊਟੀਆਂ ਨੇ ਉਹ ਕੀ ਬਣਦੀਆਂ ਨੇ ਕਿਉਂਕਿ ਪ੍ਰਭ ਆਸਰਾ ਸੰਸਥਾ ਦੀ ਗੱਲ ਕੀਤੀ ਜਾਵੇ ਤਾਂ ਉਹ ਸਮਾਜ ਦੇ ਲਈ ਬਹੁਤ ਸਾਰੀ ਐਦਾਂ ਦੀ ਡਿਊਟੀਆਂ ਜ਼ਿੰਮੇਵਾਰੀਆਂ ਨੂੰ ਨਿਭਾ ਰਹੇ ਨੇ ਜਿਨ੍ਹਾਂ ਨੂੰ ਅਸੀਂ ਆ ਕੇ ਇੱਥੇ ਦੇਖਿਆ ਵੀ ਹੈ ਔਰ ਦੇਖਣ ਤੋਂ ਬਾਅਦ ਤੁਹਾਡੇ ਨਾਲ ਉਸ ਦੇ ਬਾਰੇ ਜ਼ਿਕਰ ਵੀ ਕਰਾਂਗੇ ਪਰ ਇੱਥੇ ਸਮਝਣ ਦੀ ਜਾਣਨ ਦੀ ਇਹ ਕੋਸ਼ਿਸ਼ ਕਰਾਂਗੇ ਕਿ ਇਹ ਕਿਸ ਨਜ਼ਰੀਏ ਦੇ ਨਾਲ ਪ੍ਰਭਾਸਰਾ ਸੰਸਥਾ ਵਾਲੇ ਜਿਹੜੇ ਨੇ ਉਹ ਸਮਾਜ ਦੇ ਵਿੱਚ ਜੋ ਉਹਨਾਂ ਦੀ ਡਿਊਟੀਆਂ ਬਣਦੀਆਂ ਨੇ ਉਹਨਾਂ ਨੂੰ ਦੇਖਦੇ ਨੇ ਤੇ ਬਾਕੀਆਂ ਤੋਂ ਇਹ ਵੱਖ ਕਿਵੇਂ ਹੋ ਜਾਂਦੇ ਨੇ ਬਾਕੀਆਂ ਤੋਂ ਵੱਖ ਕਿਸ ਤਰੀਕੇ ਦੇ ਨਾਲ ਸੋਚ ਪਾਉਂਦੇ ਨੇ ਔਰ ਦੂਜਿਆਂ ਨੂੰ ਸਮਾਜ ਦੇ ਵਿੱਚ ਜਿਹੜੇ ਲੋਕ ਨੇ ਉਹਨਾਂ ਨੂੰ ਦੂਜਿਆਂ ਦੀ ਜਗ੍ਹਾ ਆਪਣਾ ਕਿਵੇਂ ਸਮਝ ਲੈਂਦੇ ਨੇ ਸੋ ਇਹ ਸਾਰੀ ਗੱਲਬਾਤ ਕਰਨ ਦੇ ਲਈ ਪ੍ਰਭਾਸਰਾ ਸੰਸਥਾ ਦੇ ਸੰਸਥਾਪਕ ਸਰਦਾ ਸ਼ਮਸ਼ੀਰ ਸਿੰਘ ਜੀ ਮੇਰੇ ਨਾਲ ਮੌਜੂਦ ਨੇ ਉਹਨਾਂ ਦਾ ਸਵਾਗਤ ਕਰਦੇ ਹਾਂ ਸਤਿ ਸ਼੍ਰੀ ਅਕਾਲ ਜੀ ਬਹੁਤ ਬਹੁਤ ਸਵਾਗਤ ਸ੍ਰੀ ਕਾਲ ਜੀ ਬਹੁਤ ਬਹੁਤ ਧੰਨਵਾਦ ਸਾਰੇ ਸੁਰਤਿਆਨੁਸਤਕਾਰ ਸਤ ਸ੍ਰੀ ਅਕਾਲ ਤੁਹਾਨੂੰ ਸਾਰੇ ਪਿਆਰ ਦੇ ਨਾਲ ਵੀਰ ਜੀ ਕਹਿੰਦੇ ਨੇ ਵੀਰ ਜੀ ਹਮੇਸ਼ਾ ਉਸ ਨੂੰ ਕਿਹਾ ਜਾਂਦਾ ਹੈ ਹੈ ਨਾ ਜਿਹੜਾ ਤੁਹਾਡੇ ਹਰ ਮੌਕੇ ਦੇ ਉੱਤੇ ਹਰ ਜਗ੍ਹਾ ਦੇ ਉੱਤੇ ਤੁਹਾਡੇ ਨਾਲ ਸਾਥ ਦੇਣ ਦੇ ਲਈ ਖੜਿਆ ਹੋਵੇ ਕਿਉਂਕਿ ਪਿਓ ਤੋਂ ਬਾਅਦ ਅਗਰ ਪਰਿਵਾਰ ਦੇ ਵਿੱਚ ਕਿਸੇ ਨੂੰ ਇਹ ਦਰਜਾ ਮਿਲਦਾ ਹੈ ਪਿਓ ਵਾਲਾ ਤੇ ਉਹ ਵੀਰ ਜੀ ਹੁੰਦੇ ਨੇ ਤੇ ਉਹ ਤੁਸੀਂ ਡਿਊਟੀਆਂ ਜਿਹੜੀਆਂ ਨਭਾਭ ਹੀ ਰਹੇ ਹੋ ਅਨੇ ਇਸ ਤੇ ਲਈ ਤਾਂ ਕੋਸ਼ਿਸ਼ ਤਾਂ ਮਤਲਬ ਇਦਾਂ ਦੀ ਜੇ ਕਿਤੇ ਹੈ ਨਾ ਇਸ ਤੇ ਪੂਰੇ ਉਤਰ ਸਕੇ ਆਪਣੀ ਡਿਊਟੀ ਤੇ ਵੀਰ ਜੀ ਵਾਲੀ ਤੇ ਤੇ ਵੀਰ ਦੀਆਂ ਡਿਊਟੀਆਂ ਬਹੁਤ ਵੱਡੀਆਂ ਹੁੰਦੀਆਂ ਹਨਾ ਜੀ ਤੇ ਪਰਮਾਤਮਾ ਸ਼ਕਤੀ ਬਖਸ਼ੇ ਤੇ ਸੰਗਤ ਦਾ ਜਿਹੜਾ ਸਾਰਿਆਂ ਦਾ ਆਸ਼ੀਰਵਾਦ ਤੇ ਉਹਨਾਂ ਦੀਆਂ ਅਸੀਸਾਂ ਤੇ ਉਹਨਾਂ ਦਾ ਸਦਕਾ ਇਹ ਮਤਲਬ ਕੁਝ ਪਰਸੈਂਟ ਆਪਣੀ ਡਿਊਟੀ ਜਿਹੜੀ ਆ ਕਰਨ ਦੀ ਇਹ ਕੋਸ਼ਿਸ਼ ਕੋਸ਼ਿਸ਼ ਕਰ ਰਹੇ ਆ ਪਰ ਮੈਨੂੰ ਸਾਹਮਣੇ ਬੜਾ ਕਲੀਅਰ ਦਿਖ ਰਿਹਾ ਇਹ ਕੋਈ ਐਦਾ ਨਹੀਂ ਲੱਗਦਾ ਤੇ ਮੇਰੀਆਂ ਡਿਊਟੀਆਂ ਬਹੁਤ ਜ਼ਿਆਦੇ ਆ ਤੇ ਜਿਹੜੀਆਂ ਡਿਊਟੀਆਂ ਮਤਲਬ ਕਹ ਲੋ ਕਰਨ ਵਾਲੀਆਂ ਪਈਆਂ ਹੈਗੀਆਂ ਤੇ ਜਿਸ ਵੇਲੇ ਵੀ ਅਸੀਂ ਅ ਡਿਊਟੀ ਦੀ ਗੱਲ ਕਰਦੇ ਆ ਤਾਂ ਡਿਊਟੀ ਨੂੰ ਸਮਝਣ ਲਈ ਪਹਿਲਾਂ ਆਪਣੇ ਆਪ ਨੂੰ ਸਮਝਣਾ ਪੈਂਦਾ ਹੈ। ਕੀ ਬਾਤ ਹੈ? ਸੋ ਵੀਰ ਜੀ ਅੱਜ ਅਸੀਂ ਖਾਸ ਤੌਰ ਦੇ ਉੱਤੇ ਡਿਊਟੀਆਂ ਦੀ ਗੱਲ ਕਰਨ ਦੇ ਲਈ ਤੁਹਾਡੇ ਕੋਲ ਪਹੁੰਚੇ ਕਿਉਂਕਿ ਅਸੀਂ ਇਹ ਦੇਖਦੇ ਹਾਂ ਕਿ ਪ੍ਰਭ ਆਸਰਾ ਸੰਸਥਾ ਇੱਕ ਵੱਖਰੇ ਪੱਧਰ ਦੇ ਉੱਤੇ ਸਮਾਜ ਦੇ ਲਈ ਆਪਣੀਆਂ ਡਿਊਟੀਆਂ ਪੂਰੀਆਂ ਕਰ ਰਿਹਾ। ਮੈਂ ਜਾਣਨਾ ਚਾਹੁੰਦਾ ਤੁਹਾਡੇ ਤੋਂ ਡਿਊਟੀਆਂ ਤੋਂ ਭਾਵ ਕੀ ਹੁੰਦਾ ਸਪੈਸ਼ਲੀ ਜਦੋਂ ਸੋਸ਼ਲ ਡਿਊਟੀਆਂ ਦੀ ਗੱਲ ਹੁੰਦੀ ਹੈ ਆਮ ਜਨ ਆਮ ਲੋਕਾਂ ਦੀ ਅਸੀਂ ਗੱਲ ਕਰੀਏ ਨਾ ਤਾਂ ਉਹਨਾਂ ਦੇ ਲਈ ਡਿਊਟੀ ਸਿਰਫ ਇੰਨੀ ਹੈ ਕਿ ਉਹ ਪੈਸਾ ਕਮਾਣ ਦੇ ਲਈ ਰੋਜ਼ ਜਾਂਦੇ ਨੇ ਨੌਕਰੀ ਕਰਦੇ ਨੇ ਉੱਥੋਂ ਪੈਸਾ ਮਿਲਦਾ ਉਹਦੇ ਨਾਲ ਉਹ ਡਿਊਟੀ ਅਦਾ ਕਰਦੇ ਨੇ ਜਿਹੜਾ ਘਰ ਪਰਿਵਾਰ ਦੇ ਵਿੱਚ ਮੈਂਬਰਸ ਨੇ ਉਹਨਾਂ ਨੂੰ ਰੋਟੀ ਪਾਣੀ ਮਿਲ ਜੇ ਉਹਨਾਂ ਦੀ ਜ਼ਰੂਰਤਾਂ ਪੂਰੀਆਂ ਹੋ ਜਾਣ ਤੇ ਇਸ ਤੋਂ ਇਲਾਵਾ ਕੁਝ ਧਾਰਮਿਕ ਡਿਊਟੀਆਂ ਵੀ ਲੋਕ ਪੂਰੀਆਂ ਕਰਦੇ ਨੇ ਪਰ ਸਮਾਜ ਪ੍ਰਤੀ ਡਿਊਟੀਆਂ ਇਸ ਨੂੰ ਕੋਈ ਨਾ ਤਾਂ ਸਮਝ ਸਕਿਆ ਨਾ ਹੀ ਸ਼ਾਇਦ ਇਸ ਦੇ ਉੱਤੇ ਗੱਲ ਹੋਈ ਹੈ ਨੇ ਇਹਦਾ મતલਬ ਜਿਹੜੇ ਲੋਕ ਆਪਾਂ ਗੱਲ ਕਰਦੇ ਇਹਨੂੰ ਕੈਟਾਗਰੀ ਚ ਵੰਡ ਰਹੇ ਹੈਗੇ ਆ ਇਹਨੂੰ ਤਾਂ ਬਹੁਤ ਗੰਭੀਰਤਾ ਨਾਲ ਵਿਚਾਰਨ ਦੀ ਲੋੜ ਹੈ મતલਬ ਜਿਹੜੇ ਇੱਕ ਤਾਂ ਆਪਾਂ ਕਹਿ ਰਹੇ ਵੀ ਆਪਣੇ ਪਰਿਵਾਰ ਪਰ ਦੀ ਡਿਊਟੀਆਂ ਕਰਦੇ ਆ ਉਹਨਾਂ ਦੇ ਰੋਟੀ ਪਾਣੀ ਦਾ ਇੰਤਜ਼ਾਮ ਕਰਦੇ ਆ ਜੌਬ ਕਰਦੇ ਆ ਬਿਜ਼ਨਸ ਕਰਦੇ ਆ ਤੇ ਇਸ ਕਰਕੇ ਆਪਣੇ ਬੱਚੇ ਪਾਲਦੇ ਆ ਤੇ ਜਿਹੜੇ મતલਬ ਸਮਾਜ ਦੇ ਵਿੱਚ ਜਿਨ੍ਹਾਂ ਨੇ ਇੰਨੇ ਵੱਡੇ ਪੱਧਰ ਤੇ ਹਿਸਟਰੀ ਚ ਕੰਮ ਕੀਤੇ ਆ ਕਿ ਉਹਨਾਂ ਦੇ ਪਰਿਵਾਰ ਰੋਟੀ ਤੋਂ ਬਿਨਾਂ ਭੁੱਖੇ ਮਰਦੇ ਰਹੇ ਭਗਤ ਗਵੀਰੀ ਦਾ ਪਰਿਵਾਰ ਜਿਹੜਾ ਸੀ ਜੀ ਮੈਂ મતલਬ ਜਿਹਦਾ ਮਰਜ਼ੀ ਦੇਖ ਲਓ ਤੁਸੀਂ ਇੱਕ ਤਾਂ ਨਹੀਂ ਹੈਗਾ ਨਾ ਪਰ ਦਰਵਿਦਾਸ ਗੁਰੂ ਨਾਨਕ ਦੇਵ ਜੀ ਮਤਲਬ ਜਿਨ੍ਹਾਂ ਨੂੰ ਵੀ ਮਹਾਨ ਪੁਰਸ਼ ਜਿੰਨੇ ਵੀ ਹੋਏ ਐ ਉਹਨਾਂ ਦੇ ਪਰਿਵਾਰ ਜਿਹੜੇ ਹੈਗੇ ਐ ਮਤਲਬ ਇਹਦਾ ਮਤਲਬ ਭੁੱਖੇ ਉਹ ਭੁੱਖੇ ਭੁੱਖੇ ਸੌਂਦੇ ਸੀ ਨਹੀਂ ਨਹੀਂ ਭੁੱਖੇ ਨਹੀਂ ਸੌਂਦੇ ਸੀ ਤੇ ਇਹਨੇ ਆਪਣੇ ਆਪ ਨੂੰ ਸਮਝਣ ਦੀ ਕੋਸ਼ਿਸ਼ ਕੀਤੀ ਹੈ ਨਾ ਉਹਨਾਂ ਨੇ ਤਾਂ ਬਹੁਤ ਡੀਪ ਗਏ ਐ ਨਾ ਉਸ ਚੀਜ਼ ਬਾਰੇ ਵੀ ਮੈਂ ਕੌਣ ਆ ਮੈਂ ਕਿੱਥੋਂ ਆਇਆ ਮੈਂ ਕਿਸ ਲਈ ਆਇਆ ਮੈਂ ਕਿੰਨੀ ਦੇਰ ਲਈ ਆਇਆ ਤੇ ਮੈਂ ਥੋੜੇ ਸਮੇਂ ਬਾਅਦ ਕਿੱਥੇ ਚਲੇ ਜਾਵਾਂਗਾ ਮੈਂ ਹਰ ਜਦ ਨਹੀਂ ਰਵਾਂਗਾ ਉਹ ਕਦੇ ਨਹੀਂ ਰਹਾਂਗਾ ਉਹ ਅੰਦਰੋਂ ਹੀ ਸਵਾਲ ਜਦੋਂ ਸਵਾਲ ਕਰਦੇ ਸੀ ਤੇ ਸਵਾਲ ਦਾ ਜਵਾਬ ਉਹਨਾਂ ਦੇ ਹੀ ਹੁੰਦਾ ਸੀ ਵੀ ਇੱਥੇ ਰਹਿਣ ਦੀ ਜਗ੍ਹਾ ਤਾਂ ਹੈ ਨਹੀਂ ਸਭ ਦੁਨੀਆ ਆਉਣ ਜਾਣੀ ਆ ਵਿੱਚ ਦੁਨੀਆ ਸੇਵ ਕਮਾਈਏ ਤੰਦਰ ਗੇ ਬੈਸਨ ਬਈ ਜੁਮੇਵਾਰੀ ਜਿਹੜੀ ਸੀ ਉਹਨਾਂ ਨੇ ਜਦੋਂ ਆਪਣੇ ਆਪ ਨੂੰ ਸਮਝਣ ਦੀ ਕੋਸ਼ਿਸ਼ ਵੀ ਕੀਤੀ ਤੇ ਵੀ ਮੈਂ ਇਹਦੇ ਪਿੱਛੇ ਤੂੰ ਰਿਫਲੈਕਟ ਹੋਇਆ ਉਹਨਾਂ ਨੇ ਸਾਰੇ ਨੇ ਲਿਖ ਕੇ ਦਿੱਤਾ ਹੈ ਨਾ ਜੀ ਵੀ ਮੇਰੇ ਪਿੱਛੇ ਜੇਕਰ ਮੈਂ ਤੂੰ ਹੈ ਜੇ ਤੂੰ ਹੈ ਤਾਂ ਮੈਂ ਹੈ ਆਦਰਵਾਇਜ਼ ਮੇਰੀ ਆਪਣੇ ਆਪ ਤੂੰ ਹੋਣੀ ਮੈਂ ਮੰਗੇ ਨਹੀਂ ਸੀ ਸਰੀਰ ਹੂੰ ਮਤਲਬ ਗੱਡੀ ਕੋਈ ਮੰਗੀ ਹੋਵੇ ਨਾ ਫੇਸੀ ਕਹਿੰਦੇ ਮੇਰੀ ਗੱਡੀ ਹੈ ਹੁਣ ਮਤਲਬ ਉਹ ਗੱਡੀ ਖੜੀ ਹੈ ਬਾਹਰ ਗੱਡੀ ਇੱਕਦਮ ਹੈ ਨਾ ਆਪਾਂ ਜਿਹੜੀ ਚੀਜ਼ ਦੇਖੀ ਸਾਨੂੰ ਹੁਣ ਦੇਖਿਆ ਹੈ ਨਾ ਸਰੀਰ ਜਦੋਂ ਸੋਜੀ ਸੰਭਾਲੀ ਕੁਸ਼ਨ ਤੇ ਉਹ ਲਾਈਕ ਉਹਨੂੰ ਬੰਦਾ ਗੱਡੀ ਖੜੀ ਹੈ ਤੇ ਗੱਡੀ ਖੜੀ ਕੇ ਵੀ ਇਹ ਗੱਡੀ ਨੂੰ ਮਤਲਬ ਇਹ ਮੇਰੀ ਗੱਡੀ ਹੈ ਤੇ ਮੇਰੀ ਕਹਿੰਨ ਨਾਲ ਤਾਂ ਫਿਰ ਬੰਦੇ ਤੇ ਕਈ ਵਾਰ ਹੈ ਨਾ ਉਸ ਕੋਰੇ ਤੇ ਅਕਾਲ ਪੁਰਖ ਨੇ ਦਿੱਤਾ ਜਿਹੜਾ ਸਰੀਰ ਇਹ ਹਾਂ ਜਾਂ ਤਾਂ ਮਤਲਬ ਆਪਾਂ ਕੋਈ ਚੀਜ਼ ਮੰਗ ਕੇ ਲਿਆਵੇ ਉਹਨੂੰ ਮੇਰੀ ਕਹਿੰਦੇ ਜਾਂ ਫਿਰ ਅਸੀਂ ਖਰੀਦੀ ਹੋਵੇ ਪੈਸਾ ਪੇ ਕੀਤਾ ਹੋਵੇ ਉਹਦਾ ਹੈ ਨਾ ਕੀਮਤ ਅਦਾ ਕੀਤੀ ਹੋਵੇ ਉਹਨੂੰ ਫਿਰ ਕਹਿੰਦੇ ਅਸੀਂ ਵੀ ਇਹ ਮੇਰੀ ਹੈ ਅਦਰਵਾਈਜ਼ ਤਾਂ ਫਿਰ ਮਤਲਬ ਚੋਰੀ ਦਾ ਕੇਸ ਪੈ ਜਾਂਦਾ ਜੇ ਆਪਾਂ ਵੀ ਨਾ ਮੰਗੀ ਹੈ ਤੇ ਨਾ ਆਪਾਂ ਖਰੀਦੀ ਹੈ ਹੁਣ ਇਹ ਚੀਜ਼ ਨੂੰ ਜੇ ਮੇਰੀ ਮੇਰੀ ਕਰੀ ਜਾਈਏ ਜਦ ਲਗ ਮੇਰੀ ਮੇਰੀ ਕਰੇ ਤਬ ਲਗ ਕਾਜ ਇੱਕ ਨਸਰ ਹੈ ਜਿੰਨੀ ਦੇਰ ਤੱਕ ਬੰਦਾ ਮੇਰੀ ਮੇਰੀ ਕਰਦਾ ਨਾ ਮੇਰੀ ਮੇਰੀ ਕਹਿਰੋਂ ਕਰਤੇ ਜੀ ਦੁਰੀਯੋਦਨ ਸੇ ਭਾਈ 12 ਯੋਜਨ ਛੇਤਰ ਚਲੇ ਦੇਹੀ ਗਿਰਜਨ ਖਾਈ ਉਹ ਮੇਰੀ ਮੇਰੀ ਕਾਇ ਹੈ ਜਿਹੜੇ ਜਿਹੜੇ ਕਾਰਪਸੀ ਉਹ ਮੇਰੀ ਮੇਰੀ ਕਰਦੇ ਚਲੇ ਗਏ ਹਨ ਮੇਰੀ ਜ਼ਮੀਨ ਮੇਰਾ ਪਿੰਡ ਮੈਂ ਮੈਂ ਤਾਂ ਇੱਕ ਵੀ ਨਹੀਂ ਦੇਣਾ ਹੈ ਨਾ ਜੀ ਤੇ ਪੰਡਵਾਂ ਦਾ ਹੱਕ ਨਹੀਂ ਸੀ ਦਿੰਦੇ ਤੇ ਅਖੀਰ ਨੂੰ ਦੇਹੀ ਦੇਹੀ ਦੀ ਅੰਤਿਮ ਰਸਮ ਵੀ ਅਦਾ ਨਹੀਂ ਹੋਈਆਂ ਤੇ ਇਸ ਕਰਕੇ ਜਦੋਂ ਬੰਦਾ ਆਪਣੇ ਆਪ ਨੂੰ ਵਿਚਾਰਨ ਦੀ ਕੋਸ਼ਿਸ਼ ਕਰਦਾ ਮੈਂ ਹੁਣ ਇਹੀ ਇਹੀ बार-बार ਬੇਨਤੀ ਕਰਨ ਦੀ ਮੈਂ ਆਪਣਾ ਫੀਲਿੰਗ ਸ਼ੇਅਰ ਕਰਦਾ ਮੈਂ ਐਕਸਪੀਰੀਅੰਸ ਸ਼ੇਅਰ ਕਰ ਰਿਹਾ ਹਾਂ ਨਾ ਕਿ ਜਦੋਂ ਆਪਣੇ ਆਪ ਨੂੰ ਸਮਝਣ ਦੀ ਕੋਸ਼ਿਸ਼ ਕਰਦੇ ਆ ਤਾਂ ਫਿਰ ਡਿਊਟੀ ਨਹੀਂ ਸਮਝ ਲੱਗ ਜਾਂਦੀ ਹੈ ਹੂੰ ਜੋ ਮੇਰੀ ਹੋਣ ਦੇ ਪਿੱਛੇ ਮੈਨੂੰ ਰਿਫਲੈਕਟ ਹੋਇਆ ਉਹ ਸਾਰਿਆਂ ਦੀ ਹੋਣ ਦੇ ਪਿੱਛੇ ਇੱਕੋ ਰਿਫਲੈਕਟ ਹੋ ਰਿਹਾ ਇੱਕੋ ਪਾਵਰ ਰਿਫਲੈਕਟ ਹੋ ਰਹੀ ਹੈ ਮੇਰੀ ਹੋਣ ਦੇ ਭਾਵੇਂ ਉਹ ਨੂੰ ਬੰਦਾ ਜਾਂਦਾ ਅੰਦਰ ਜਾਂਦਾ ਜਾਂਦਾ ਹਾਰਟ ਤੇ ਜਾਂਦਾ ਮਨ ਜਾਂਦਾ ਜੀ ਜਾਂਦਾ ਆਤਮਾ ਜਾਂਦਾ ਜਿੱਥੇ ਤੱਕ ਵੀ ਜਾਂਦਾ ਤੇ ਜਦੋਂ ਉਹਦੇ ਪਿੱਛੇ ਕੋਈ ਪਾਵਰ ਨੂੰ ਸਮਝਣ ਦੀ ਕੋਸ਼ਿਸ਼ ਕਰਦਾ ਹੈ ਜਿਹੜੀ ਚੇਤਨਤਾ ਪਰਮਾਤਮਾ ਨੇ ਬਖਸ਼ੀ ਹੈ ਜਿਹਦੇ ਕਰਕੇ ਅਸੀਂ ਕੇਵਲ ਪੰਛੀਆਂ ਕੋਲ ਵੀ ਚੇਤਨਤਾ ਹੈਗੀ ਹੈ ਸਾਡੇ ਬਹੁਤ ਬਹੁਤ ਅੱਛੇ ਫਰੈਂਡ ਨੇ ਸਾਡੇ ਸਾਰੇ ਤਾਂ ਹੀ ਧਰਤੀ ਚੱਲ ਰਹੀ ਹੈ ਬੈਲੈਂਸ ਬਣਾਉਣ ਲਈ ਇਹ ਸ੍ਰਿਸ਼ਟੀ ਜਿਹੜੀ ਹੈ ਤੇ ਜਦੋਂ ਉਹਨਾਂ ਕੋਲ ਚੇਤਨਤਾ ਐ ਇਸ ਕੰਪੇਅਰ ਟੂ ਮਨੁੱਖ ਥੋੜੀ ਜੀ ਘੱਟ ਹੋਣ ਕਰਕੇ ਹੀ ਅਸੀਂ ਸ਼ੇਰ ਨੂੰ ਪਿੰਜਰੇ 'ਚ ਬੰਦ ਕਰ ਲੈਂਦੇ ਆ ਨਾ ਹਾਥੀ ਨੂੰ ਤੇ ਤਾਕਤ ਤਾਂ ਸਾਡੇ ਨਾਲੋਂ ਜ਼ਿਆਦਾ ਐ ਬਿਲਕੁਲ ਤੇ ਹਰ ਚੀਜ਼ ਨੂੰ ਘੋਡੇ ਨੂੰ ਕਾਬੂ ਕਰ ਲੈਂਦਾ ਇਨਸਾਨ ਘੋੜਾ ਸਾਡੇ ਨਾਲੋਂ ਵੱਧ ਤੌੜਦਾ ਐ ਤਾਕਤਵਰ ਜ਼ਿਆਦਾ ਐ ਤੇ ਇਸ ਕਰਕੇ ਸਾਡੀ ਚੇਤਨਤਾ ਦੀ ਜਦੋਂ ਅਸੀਂ ਵਰਤੋਂ ਕਰਕੇ ਸਮਝਣ ਦੀ ਕੋਸ਼ਿਸ਼ ਕਰਦੇ ਆ ਹਨਾ ਅਕਲ ਹੀ ਸਭ ਸੇਵੀ ਹੈ ਹਨਾ ਹੂੰ ਤੇ ਉਹ ਅਕਲ ਨਾਲ ਕੋਸ਼ਿਸ਼ ਕਰਨੇ ਸਮਝਣ ਦੀ ਫਿਰ ਅਕਲ ਤੋਂ ਅੱਗੇ ਵੀ ਨਿਕਲ ਹੁੰਦਾ ਹੈ ਨਾ ਫਿਰ ਬੰਦੇ ਦੀ ਅੱਗੇ ਅੱਗੇ ਲਿੰਕ ਬਣਦਾ ਉਹਦੇ ਅੰਦਰਲੀ ਜਿਹੜੀ ਉਹਦੇ ਅੰਦਰ ਨਾਨਕ ਲਿਖਿਆ ਨਾਲ ਜਿਹੜੀ ਅੰਦਰ ਜ਼ਮੀਰ ਹੈ ਜਿਹੜੀ ਅੰਦਰ ਆਤਮਾ ਹੈ ਉਹਦੇ ਨਾਲ ਲਿੰਕ ਬਣਦਾ ਉਹਦੀ ਅਗਵਾਹੀ ਲੈ ਕੇ ਤੁਰਨ ਦੀ ਕੋਸ਼ਿਸ਼ ਕਰਦਾ ਹੈ ਫਿਰ ਉਹਨੂੰ ਆਉਣ ਲੱਗਦਾ ਵੀ ਉਹ ਇਹ ਮੇਰਾ ਸੰਸਾਰ ਤੇ ਇਹ ਇਹ ਫਿਰ ਜਿਹੜਾ ਇੱਕ ਹਿਊਮਨ ਸੋਸਾਇਟੀ ਹੈ ਤੇ ਕਹ ਲੋ ਜਾਂ ਜੋ ਵੀ ਸੋਸਾਇਟੀ ਹੈ ਜੋ ਸਮਾਜ ਹੈ ਉਹਦੇ ਪਿੱਛੇ ਤੋਂ ਇੱਕੋ ਸ਼ਕਤੀ ਲੱਗਦੀ ਉਹਨੂੰ ਹੀ ਪਰਿਵਾਰ ਵਾਲਾ ਅਹਿਸਾਸ ਕਰਾਉਂਦੀ ਹੈ ਤੇ ਫਿਰ ਇਸੇ ਕਰਕੇ ਜਿਨ੍ਹਾਂ ਨੇ ਵੀ ਪਰਮ ਸੱਚ ਨੂੰ ਸਮਝਿਆ ਜਿਨ੍ਹਾਂ ਨੇ ਵੀ ਸਮਝਿਆ ਤੇ ਉਹਨਾਂ ਨੇ ਆਪਣਾ ਜੀਵਨ ਕਿਹਾ ਸਾਰਾ ਕੁਝ ਸਰਵੰਸੇ ਸਰਵੰਸਦਾਨੀ ਨਹੀਂ ਕਹਿੰਦੇ ਸੀ ਉਹ ਸਰਵੰਸ ਹੀ ਫਿਰ ਆਪਣੀ ਸੋਸਾਇਟੀ ਲਈ ਲਾਤੇ ਸਮਾਜ ਲਈ ਲਾ ਦਿੰਦੇ ਇਸ ਕਰਕੇ ਜੇਕਰ ਗੱਲ ਕਰੀਏ ਆਪਾਂ ਡਿਊਟੀ ਦੀ ਤਾਂ ਪੰਛੀ ਜਿਹੜੇ ਹੈਗੇ ਹਨਾ ਬੱਚੇ ਪੈਦਾ ਕਰ ਲੈਂਦੇ ਆ ਪਾਲ ਵੀ ਲੈਂਦੇ ਆ ਉਹਨਾਂ ਦੇ ਰਹਿਣ ਦੇ ਆਲੇ ਨੇ ਵੀ ਬਣਾ ਲੈਂਦੇ ਹਨਾ ਭੁੱਖੇ ਤਾਂ ਨਹੀਂ ਸੌਂਦੇ ਤੇ ਸਾਰੀ ਜਿੰਨੇ ਵੀ ਚੀਜ਼ਾਂ ਤਾਂ ਹੈਗੀਆਂ ਠੀਕ ਹੈ ਭੁੱਖਾ ਨਹੀਂ ਹੁੰਦਾ ਜੇਕਰ ਬੱਚੇ ਪੈਦਾ ਕਰ ਲੈਣੇ ਬੱਚੇ ਪਾਲ ਲੈਣੇ ਤੇ ਬਸ ਰਹਿਣ ਲਈ ਉਹਨਾਂ ਦੇ ਜਗ੍ਹਾ ਬਣਾ ਲੈਣੀ ਜੀ ਇਥੋਂ ਦਾ ਕੀ ਸੀਮਤ ਐ ਸੀ ਹੂੰ ਤੇ ਕਿਹੜੀ ਕੈਟਾਗਰੀ ਜਾਉਂਗੇ ਇਹਦਾ ਜਵਾਬ ਲੈਣਾ ਪਊਗਾ ਨਾ ਅੰਦਰੋਂ ਇੰਨੀ ਤਾਂ ਹਿੰਮਤ ਕਰਨੀ ਪਊਗੀ ਸਾਨੂੰ ਲੈਣ ਲੱਗੇ ਜਵਾਬ ਉਹ ਜਵਾਬ ਅੰਦਰੋਂ ਲੈਣਾ ਹੁਣ ਆਪਾਂ ਨੇ ਤਾਂ ਉਹ ਨਾ ਜਿੱਤੇ ਸਾਡੇ ਚ ਅੰਤਰ ਕੀ ਹੋਇਆ ਫਿਰ ਅਸੀਂ ਕਿੱਥੇ ਆਪਣੇ ਆਪ ਨੂੰ ਖੜਾ ਕਰਾਂ ਅੰਤਰ ਇਹੀ ਹੋਇਆ ਵੀ ਉਹ ਵਾਤਾਵਰਨ ਖਰਾਬ ਨਹੀਂ ਕਰਦੇ ਦਰਖਤ ਕੱਟਦੇ ਨਹੀਂ ਹੈਗੇ ਉਹ ਧਰਤੀ ਨੂੰ ਮਤਲਬ ਜਿਸ ਤਰ੍ਹਾਂ ਅਸੀਂ ਖਰਾਬ ਕਰ ਰਹੇ ਹਾਂ ਵਾਤਾਵਰਨ ਨੂੰ ਪੋਲਿਊਟ ਕਰਦੇ ਉਹ ਕਰਦੇ ਨਹੀਂ ਹੈਗੇ ਤੇ ਅਗਰ ਜੇਕਰ ਮਤਲਬ ਅਸੀਂ ਉਦਾਂ ਕਹਿ ਦਈਏ ਵੀ ਜਾਨਵਰ ਕਹਿ ਦਈਏ ਬੰਦੇ ਨੂੰ ਤੇ ਮੈਨੂੰ ਲੱਗਦਾ ਵੀ ਉਹ ਤੇ ਜਾਨਵਰ ਦੀ ਇਨਸਲਟ ਹੀ ਹੋ ਜੂਗੀ ਨਾ ਕਿਉਂਕਿ ਉਹ ਤਾਂ ਵਾਤਾਵਰਨਤਵਾਰ ਨਹੀਂ ਕਰ ਰਿਹਾ ਆਪਣੀ ਡਿਊਟੀ ਤਾਂ ਕਰ ਰਿਹਾ ਬੱਚੇ ਵੀ ਪੈਦਾ ਕਰ ਰਿਹਾ ਸ੍ਰਿਸ਼ਟੀ ਦੇ ਚੱਲਣ ਦੇ ਵਿੱਚ ਆਪਣਾ ਦਾ ਯੋਗਦਾਨ ਪਾ ਹੀ ਰਿਹਾ ਉਹ ਤੇ ਉਹਨਾਂ ਦੇ ਰਹਿਣ ਦੇ ਲਈ ਵੀ ਉਹ ਜਾਨ ਵੀ ਦੇ ਦਿੰਦਾ ਆਪਣੀ ਕੋਈ ਵੀ ਆਪਾਂ ਮੱਝਾਂ ਗਾਵੀਆਂ ਦੇਖਦੇ ਨਹੀਂ ਕੋਈ ਵੀ ਇਦਾਂ ਦੀ ਜਿਹੜੀਆਂ ਹੈਗੀਆਂ ਤੇ ਆਪਣੇ ਬੱਚਿਆਂ ਲਈ ਤਾਂ ਮਰ ਮਿਟਣ ਲਈ ਤਿਆਰ ਹੋ ਜਾਂਦੀਆਂ ਪਰ ਸਾਡੇ ਕੋ ਕ੍ਰੈਡਲ ਚ ਵੀ ਆ ਜਾਂਦੇ ਵਿੱਚ ਤੇ ਇਸ ਕਰਕੇ ਮੇਰਾ ਕਹਿਣ ਦਾ ਭਾਵ ਵੀ ਉਹਨਾਂ ਦੀ ਇਨਸਲਟ ਹੁੰਦੀ ਹੈ ਜੇ ਆਪਾਂ ਇਹ ਦੇਖੀਏ ਇਸ ਤਰੀਕੇ ਨਾਲ ਡਿਊਟੀ ਦੇਖੀਏ ਡਿਊਟੀ ਦੇ ਐਂਗਲ ਤੋਂ ਸਾਰੇ ਸੰਸਾਰ ਦੇ ਉੱਤੇ ਜਿਹਨਾਂ ਨੂੰ ਅਸੀਂ ਜੋ ਵੀ ਸ਼ਬਦ ਵਰਤ ਰਹੇ ਹਾਂ ਠੀਕ ਹੈ ਜਿਹੜੀ ਵੀ ਲਾਈਫ ਹੈਗੀ ਹੈ ਹੈਨਾ ਭਾਵੇਂ ਐਨੀਮਲ ਲਾਈਫ ਹੈ ਭਾਵੇਂ ਵਰਡਸ ਲਾਈਫ ਹੈ ਜਿੰਨੀ ਮਰਜੀ ਆਰਗਨਿਜ਼ਮ ਲਾਈਫ ਹੈ ਉਹਦੇ ਵਿੱਚ ਮਤਲਬ ਇਹ ਵੱਖਰੀ ਜੀ ਦੀ ਸਭ ਤੋਂ ਸਾਹਮਣੇ ਆ ਰਹੇ ਹੈ ਹੈਨਾ ਤੇ ਮਨੁੱਖ ਜਿਹੜਾ ਹੈਗਾ ਉਹਨੂੰ ਇੰਨੀ ਚੇਤਨਤਾ ਬਖਸ਼ੀ ਹੈ ਗੋਮਿੰਦ ਮਿਲਣ ਕੀ ਇਹ ਤੇਰੀ ਵਾਰੀ ਹੈ ਹੈਨਾ ਮਤਲਬ ਜਿ ਜਿਨੇ ਦੁਨੀਆ ਬਣਾਈ ਹੈ ਜਿਹੜਾ ਮੂਲ ਹੈ ਸ੍ਰਿਸ਼ਟੀ ਦਾ ਉਹਨੂੰ ਕੋਈ ਕੁਦਰਤ ਕਹਿੰਦਾ ਕਾਦਰ ਦੀ ਕੁਦਰਤ ਕਾਦਰ ਤੇ ਉਹਦੇ ਪਿੱਛੇ ਇੱਕੋ ਚੀਜ਼ ਰਿਫਲੈਕਟ ਹੋ ਰਹੀ ਇਸ ਕਰਕੇ ਇੱਕੋ ਸੂਰਜ ਸਾਨੂੰ ਸਰਵ ਕਰਦਾ ਉਹੀ ਪਾਣੀ ਤੇ ਉਹੀ ਉਹਦੇ ਕੰਪੋਜੀਸ਼ਨ ਉਹੀ ਹੈਗੀ ਹੈ ਤੇ ਸਾਡੀ ਹੋਈ ਨਹੀਂ ਸਾਂਡੀ ਦਾ ਮਤਲਬ ਹੁਣ ਕਈ ਵਾਰ ਅਸੀਂ ਇਹਨੂੰ ਬਲੈਕ ਬਰਾਊਨ ਤੇ ਵਾਈਟ 'ਚ ਵੀ ਵੰਡਦਾ ਹੂੰ ਉਹੋ ਹੀ ਸਿਸਟਮ ਬੋਡੀ ਦੇ ਇਕੋ ਸਿਸਟਮ ਦੇ ਥਰੂ ਬੋਡੀ ਦਾ ਆਰਗਨ ਚੇਂਜ ਹੋ ਜਾਂਦਾ ਪਰ ਅਸੀਂ ਬਲੈਕ ਦਾ ਬਰਾਊਨ 'ਚ ਪਾ ਦੋ ਤੇ ਬਰਾਊਨ ਦਾ ਵਾਈਟ 'ਚ ਪਾ ਦੋ ਇਹਦਾ ਮਤਲਬ ਸਾਡਾ ਬਣਾਉਣ ਵਾਲਾ ਇੱਕੋ ਹੀ ਹੈਗਾ ਬਣਾਉਣ ਵਾਲਾ ਇੱਕੋ ਹੀ ਹੈ ਸਾਨੂੰ ਪਤਾ ਲੱਗ ਰਿਹਾ ਜੀ ਇੱਥੇ ਜਿਵੇਂ ਡਿਊਟੀਆਂ ਦੀ ਤੁਸੀਂ ਗੱਲ ਕੀਤੀ ਨਾ ਤੁਸੀਂ ਡਿਫਾਈਨ ਕਰਤਾ ਪੂਰਾ ਕਿ ਡਿਊਟੀਆਂ ਅਸਲ ਦੇ ਵਿੱਚ ਕੀ ਨੇ ਨੇਚਰ ਵੀ ਚੱਲ ਰਹੀ ਆ ਸਭ ਕੁਝ ਚੱਲ ਰਿਹਾ ਅਸੀਂ ਸਿਰਫ ਅਗਰ ਸਿਰਫ ਘਰ ਪਰਿਵਾਰ ਦੇ ਲਈ ਕਰ ਰਹੇ ਆ ਤਾਂ ਅਸੀਂ ਜਾਨਵਰਾਂ ਤੋਂ ਵੱਧ ਕੇ ਕੁਝ ਨਹੀਂ ਇਹ ਵੀ ਇੱਕ ਸਵਾਲ ਤੁਸੀਂ ਜਿਹੜਾ ਖੜਾ ਕਰਤਾ ਪਰ ਇੱਥੇ ਇੱਕ ਹੋਰ ਵੱਡੀ ਚੀਜ਼ ਆ ਜਾਂਦੀ ਹੈ ਆਪਣਾ ਤੇ ਬਗਾਨਾ ਜਾਂ ਕਹਿ ਲਓ ਕਿ ਦੂਜਾ ਬਗਾਨਾ ਕਹਿਣਾ ਵਕਰੀ ਗੱਲ ਹੈ ਦੂਜਾ ਲੋਕ ਕਹਿੰਦੇ ਆ ਕਿ ਆਪਣੇ ਪਰਿਵਾਰ ਦੇ ਲਈ ਕਰ ਲਈ ਉਹੀ ਬਹੁਤ ਹੈ ਆਪਣੇ ਪਰਿਵਾਰ ਨੂੰ ਪਾਲ ਲਈ ਉਹੀ ਬੋਤ ਹੈ ਆਪਣੀਆਂ ਜ਼ਰੂਰਤਾਂ ਪੂਰੀਆਂ ਕਰ ਲਈ ਉਹੀ ਬੋਤ ਹੈ ਫਿਰ ਕਿਤੇ ਦੂਜਿਆਂ ਬਾਰੇ ਸੋਚਾਂਗੇ ਇਸ ਨੂੰ ਕੀ ਕਹਿੰਦੇ ਆਪਣੇ ਨੂੰ ਬਿਲਕੁਲ ਆਪਣੇਾਂ ਦੀ ਹੈਲਪ ਕਰਨੀ ਚਾਹੀਦੀ ਹੈ ਪਰ ਆਪਣੇ ਨੂੰ ਸਮਝ ਨਹੀਂ ਕਿ ਜਿਹੜੇ ਸਾਡਾ ਆਪਣਾ ਕੌਣ ਹੈ ਆਪਣੇ ਦੀ ਜਦਨ ਸੋਜੀ ਹੋ ਜਾਂਦੀ ਹੈ ਤੇ ਫਿਰ ਮੈਨੂੰ ਲੱਗਦਾ ਇਹ ਇਹ ਜਿਹੜਾ ਅਸੀਂ ਦੂਜਾ ਭਾਅ ਹੈ ਨਾ ਇਹ ਸਾਡੇ ਅੰਦਰ ਮੈਲ ਲਾਉਂਦਾ ਜਿਸ ਦੇ ਕਰਕੇ ਬੇਚੈਨੀ ਪਰੇਸ਼ਾਨੀ ਮਾਨਸਿਕ ਤਣਾਅ ਇਨਸਿਕਿਉਰਟੀ ਫੀਅਰ ਦੇ ਵਿੱਚ ਅਸੀਂ ਜੀਂਦੇ ਆ ਇਹ ਜਿਉਂਦੇ ਜਿਉਂਦੇ ਇਸ ਕਰਕੇ ਹੈਗੇ ਕਿਉਂਕਿ ਇਹ ਪੈਦਾ ਹੀ ਮੋ ਦੇ ਵਿੱਚ ਹੁੰਦਾ ਸਾਰਾ ਹੈ ਨਾ ਅਦਰਵਾਈਜ਼ ਮਤਲਬ ਮਲ ਲੱਗੀ ਦੂਜੇ ਪਾਏ ਜਗ ਹੂੰ ਮੈਂ ਮੈਲ ਦੂਹਾਂ ਮੈਂ ਮੈਲ ਦੁਖ ਪਾਇਆ ਮਲ ਲੱਗੀ ਜਿਹੜੀ ਮੈਲ ਲੱਗਦੀ ਹੈ ਨਾ ਦੂਜਾ ਪਾਉ ਹੈ ਜੀ ਵੀ ਉਹ ਦੂਜਾ ਤੇ ਇਹ ਇਹ ਮੇਰਾ ਆਪਣਾ ਤੇ ਉਹ ਨਹੀਂ ਆਪਣਾ ਨਹੀਂ ਹੈਗਾ ਉਹ ਉਹ ਤਾਂ ਦੂਜਾ ਬੰਦਾ ਹੈ ਨਾ ਤੇ ਦੂਜੇ ਤੋਂ ਕੀ ਲੈਣਾ ਹੈ ਨਾ ਇਹਦੇ ਨਾਲ ਮੈਲ ਲੱਗਦੀ ਹੈ ਜਿਨ੍ਹਾਂ ਨੇ ਵੀ ਪਰਮ ਸੱਚ ਨੂੰ ਅਨੁਭਵ ਕੀਤਾ ਜਿਨ੍ਹਾਂ ਦੀ ਲਾਈਫ ਨੂੰ ਅਸੀਂ ਦੇਖਦੇ ਹਾਂ ਵੀ ਜਿਹਨਾਂ ਦੇ ਮੂਡ ਨੂੰ ਕੋਈ ਵੀ ਆਫ ਨਹੀਂ ਕਰ ਸਕਿਆ ਜੇਲ੍ਹਾਂ ਵਿੱਚ ਵੀ ਬੰਦ ਕਰਤਾ ਬਾਬਰ ਨੂੰ ਜਾਬਰ ਗਿਆ ਤੇ ਬਾਬਰ ਨੂੰ ਪਬਲਿਕ ਪ੍ਰਤੀ ਪਰਜਾ ਪ੍ਰਤੀ ਜ਼ਿੰਮੇਵਾਰੀਆਂ ਜਿਹੜੀਆਂ ਸੀ ਸਮਝਾਉਣ ਦੇ ਲਈ ਬੜੀ ਸਖਤ ਤਾੜਨਾ ਕੀਤੀ ਗੁਰੂ ਨਾਨਕ ਦੇਵ ਜੀ ਨੇ ਉਹੀ ਸੱਜੇਲਾਂ ਚ ਗਾਇਆ ਕੋੜੀ ਮਿਲੇ ਉਹਨਾਂ ਨੂੰ ਵਿਚਾਰਾ ਕੋਈ ਵੀ ਵਿਚਾਰਾ ਰੋਂਦਾ ਸੀ ਨਾਨਕ ਤਨ ਕਾ ਸੰਗ ਸਾਥ ਕਹਿ ਕੇ ਸਾਨੂੰ ਇਹ ਵੀ ਕਿਹਾ ਵੀ ਜਿਹਨੂੰ ਤੁਸੀਂ ਨਾ ਬੰਦੇ ਨਹੀਂ ਸਮਝਦੇ ਆ ਤੇ ਨੀਚ ਕਹਿੰਦੇ ਆ ਨਾਨਕ ਤਨ ਕਾ ਸੰਗ ਸਾਥ ਵੱਡਿਆਂ ਸਿਓ ਕਹਿ ਰੀਸ ਜਿੱਥੇ ਨਹੀਂ ਸੰਭਾਲੀਂ ਤੇ ਨਦਰ ਤੇਰੀ ਬਖਸ਼ਿਸ਼ ਇਸ ਕਰਕੇ ਜਦੋਂ ਮਤਲਬ ਗੱਲ ਆਉਂਦੀ ਡਿਊਟੀ ਦੀ ਇਹ ਸਮਾਜ ਜਿਹੜਾ ਹੈਗਾ ਸਮਾਜ ਦੇ ਵਿੱਚ ਇੱਕ ਇਨਸਾਨ ਹੋਵੇ ਤੇ ਇਨਸਾਨ ਦੀ ਡਿਊਟੀ ਦੀリエ ਉਹ ਸਮਾਜ ਦੇ ਪ੍ਰਤੀ ਇਕੁਅਲੀ ਉਹਨਾਂ ਨੇ ਆਪਣਾ ਸਾਰਾ ਕੁਝ ਸਾਨੂੰ ਡੈਮੋ ਦੇ ਦੇ ਕੇ ਸਮਝਾ ਦਿੱਤਾ ਤੇ ਉਹਨਾਂ ਦੀ ਜ਼ਿੰਦਗੀ ਬੜੀ ਖੂਬਸੂਰਤ ਨਿਕਲੀ ਉਹਨਾਂ ਦੇ ਡਾਇਲੌਗ ਦੱਸਦੇ ਹਨ ਮਤਲਬ ਉਹਨਾਂ ਨੇ ਉਹਨਾਂ ਨੇ ਇਹ ਨਹੀਂ ਨਾ ਸੋਚਿਆ ਕਿ ਸਾਡੀ ਡਿਊਟੀ ਸਿਰਫ ਸਾਡੇ ਆਪਣੇ ਜਿਨ੍ਹਾਂ ਨੂੰ ਅਸੀਂ ਕਹਿੰਦੇ ਆਂ ਕਿ ਪਰਿਵਾਰ ਦੇ ਲੋਕ ਖੂਨ ਦੇ ਰਿਸ਼ਤੇ ਜਾਂ ਤੁਹਾਡੇ ਖੁਦ ਦੇ ਜੰਮੇ ਹੋਏ ਬੱਚੇ ਉਹਨਾਂ ਨੇ ਆਪਣਾ ਮਤਲਬ ਪੂਰੇ ਸਮਾਜ ਨੂੰ ਪੂਰੇ ਸੰਸਾਰ ਨੂੰ ਆਪਣਾ ਮੰਨ ਕੇ ਉਹਦੇ ਲਈ ਡਿਊਟੀਆਂ ਨਿਭਾਈਆਂ ਉਹ ਇੱਕ ਐਗਜ਼ਾਮਪਲ ਦੇ ਦਿੱਤੀ ਆਪਣੇ ਨਹੀਂ ਉਹਨਾਂ ਨੇ ਆਪਣੇ ਲਈ ਡਿਊਟੀਆਂ ਨਿਭਾਈਆਂ ਹੂੰ ਏ ਇਹ ਨਹੀਂ ਥੱਕ ਜਾਣਾ ਸੀ ਪੱਕ ਜਾਣਾ ਸੀ ਦੂਜੇ ਲਈ ਕਿੰਨਾ ਕਰ ਲੂਗੇ ਜੀ ਆਪਣੇ ਲਈ ਹੀ ਡਿਊਟੀਆਂ ਨਿਭਾਈਆਂ ਉਹਨਾਂ ਨੇ ਪਰ ਉਹਨਾਂ ਨੂੰ ਆਪਣੇ ਦੀ ਸੋਝੀ ਸੀ ਵੀ ਆਪਣਾ ਹੈ ਕੌਣ ਹੈ ਜੀ ਤੇ ਇਸ ਲਈ ਆਪਣਾ ਇਸ ਦੁਨੀਆ ਵਿੱਚ ਕੋਈ ਵੀ ਨਹੀਂ ਹੈ ਤੇ ਸਾਰੇ ਹੀ ਆਪਣੇ ਇਸ ਦੁਨੀਆ 'ਚ ਜਿੰਨੇ ਵੀ ਹੈਗੇ ਹੋ ਸਾਰੇ ਆਪਣੇ ਹੀ ਹੈ ਜੀ ਤੇ ਜਿਸ ਦਿਨ ਅਸੀਂ ਆਪਣੇ ਆਪ ਨੂੰ ਸਮਝਣ ਦੀ ਕੋਸ਼ਿਸ਼ ਕਰਾਂਗੇ ਨਾ ਉਸ ਦਿਨ ਮੈਨੂੰ ਲੱਗਦਾ ਇਹ ਡਿਫਰੈਂਟ मीनिंग ਦੇ ਵਿੱਚ ਅੱਖਰਾਂ ਦੇ ਡਿਫਰੈਂਟ ਮਤਲਬ ਨਿਕਲਣੇ ਸ਼ੁਰੂ ਹੋ ਜਾਂਦੇ ਆਂ ਜਦੋਂ ਫਿਰ ਅੱਖਰਾਂ ਦੇ ਮਤਲਬ ਬਦਲਨੇ ਸ਼ੁਰੂ ਹੁੰਦੇ ਆ ਤੇ ਮਨੁੱਖ ਦਾ ਫਿਰ ਜੀਵਨ ਬਦਲਣਾ ਸ਼ੁਰੂ ਹੋ ਜਾਂਦਾ ਜਿਹੜਾ ਅੱਜ ਮਾੜਾ ਮਾੜਾ ਡਾਇਲੌਗ ਆ ਕਿਸੇ ਦਾ ਡਿਸਟਰਬ ਕਰੀ ਜਾਂਦਾ ਹੈ ਨਾ ਤੇ ਬੰਦੇ ਨੂੰ ਉਦਾਂ ਹੀ ਮਤਲਬ ਮੂਡ ਜਾਂ ਮਾੜੀ ਮਾੜੀ ਗੱਲ ਤੇ ਹੀ ਹੈ ਨਾ ਇਨਸਾਨ ਦਾ ਹੋ ਜਾਂਦਾ ਹੈ ਜੀ ਤੇ ਗੱਲ ਕੁਝ ਵੀ ਨਹੀਂ ਹੁੰਦੀ ਬੰਦਾ ਇਰੀਟੇਟ ਹੋ ਜਾਂਦਾ ਹੈ ਗੱਲ ਕੁਝ ਵੀ ਨਹੀਂ ਹੁੰਦੀ ਬੰਦਾ ਕਰੋਧ ਚ ਆ ਜਾਂਦਾ ਹੈ ਇਹ ਮੈਨੂੰ ਲੱਗਦਾ ਹੈ ਸਾਰਾ ਜਿਹੜਾ ਵੱਡੀ ਇਹਦੇ ਪਿੱਛੇ ਰੀਜ਼ਨ ਜਿਹੜਾ ਹੈਗਾ ਉਹਨੇ ਨਾ ਅਸਲ ਚ ਆਪਣੇ ਆਪ ਨੂੰ ਸਮਝਣ ਦੇ ਲਈ ਟਾਈਮ ਹੀ ਨਹੀਂ ਲਗਾਇਆ ਉਹ ਸ਼ੀਸ਼ੇ ਨਹੀਂ ਕਿਤੇ ਜਿਸ ਕਰਕੇ ਮਤਲਬ ਉਹਨੂੰ ਦਾ ਸੰਸਾਰ ਜਿਹੜਾ ਹੈਗਾ ਉਹ ਪ੍ਰਾਇਆ ਲੱਗ ਜਾਂਦਾ ਏ ਜੇ ਥੋੜਾ ਜਿਹਾ ਵੀ ਉਹ ਸਮਝਣ ਦੀ ਕੋਸ਼ਿਸ਼ ਕਰ ਲਵੇ ਥਾਟ ਦੇਲਵੇ ਦੇ ਉੱਤੇ ਤੇ ਫਿਰ ਇਹ ਜਿਹੜੇ ਬਗਾਨੇ ਲੱਗਦੇ ਨੇ ਫਿਰ ਆਪਣੇ ਮਹਿਸੂਸ ਹੁੰਦੇ ਆ ਕਿਉਂਕਿ ਮੂਲ ਜਿਹੜਾ ਪਿੱਛੇ ਹੈ ਨਾ ਜਿਵੇਂ ਆਪਾਂ ਗੱਲ ਕਹਿੰਦੇ ਗ੍ਰੀਨ ਲਾਈਟ ਨੂੰ ਗ੍ਰੀਨ ਦੇਖਦੇ ਆ ਫਿਰ ਉਹਦੇ ਬਾਅਦ ਕਹਿੰਦੇ yellow ਹੋ ਗਈ ਐਸੀ ਫਿਰ ਕਹਿੰਦੇ ਚਲੋ red ਹੋ ਗਈ red ਤੋਂ ਬਾਅਦ yellow ਹੋਈ ਫਿਰ green ਹੋਈਏ ਕੁਝ ਵੀ ਹੁੰਦਾ ਏ ਇਹ ਇਹ ਕੋਈ ਮਤਲਬ ਕਰੰਟ ਦੇ ਰੰਗ ਨਹੀਂ ਹੈਗੇ ਇਲੈਕਟ੍ਰਿਸਿਟੀ ਦੇ ਰੰਗ ਨਹੀਂ ਹੈਗੇ ਇਹ ਇਹਦੇ ਚਲੋ ਉਹਦੇ ਇੱਕ ਇਹਦੇ ਤਾਂ ਉੱਪਰ ਕਵਰ ਜਾਈ ਹੈ ਉੱਪਰਲਾ ਉੱਪਰਲਾ ਕਵਰ ਜਾਈ ਹੈ ਗ੍ਰੀਨ ਜਲਾ ਦੋ ਉਹ ਗ੍ਰੀਨ ਦਿਖਣ ਲੱ ਜਾਂਦੀ ਹੈ ਰੈੱਡ ਜਲਾ ਦੋ ਰੈੱਡ ਦਿਖਣ ਲੱ ਜਾਂਦੀ ਹੈ ਤੇ ਅਦਰਵਾਈਜ਼ ਉਹ ਜਿਸ ਤਰ੍ਹਾਂ ਦੇ ਵੀ ਲਾਈ ਜਾਂਦੇ ਬਾਹਰੋਂ ਜੋ ਦੇਖਦੇ ਆ ਨਾ ਅਸੀਂ ਇਸ ਕਰਕੇ ਅਸੀਂ ਵੱਖਰੇ ਵੱਖਰੇ ਜੇ ਅਸੀਂ ਇਹਨਾਂ ਦੀ ਪਿੱਛੇ ਜਾ ਕੇ ਦੇਖੀਏ ਐਗਜ਼ਿਸਟੈਂਸ ਤੇ ਪਿੱਛੇ ਦੇਖੀਏ ਤੇ ਫੇਰ ਤਾਂ ਉਹ ਇੱਕੋ ਹੀ ਰਿਫਲੈਕਟ ਹੁੰਦਾ ਇਹਦੋਂ ਇੱਕੋ ਰਿਫਲੈਕਟ ਹੁੰਦਾ ਫੇਰ ਉਹ ਇੱਕ ਪਤਾ ਐਕਸ ਕੇ ਹਮਬਾਰੀ ਕਾਲੀ ਰਿਫਲੈਕਸ਼ਨ ਨੇ ਵੀ ਇੱਕ ਤੋਂ ਹੀ ਆਇਆ ਹੋਇਆ ਤੇ ਫੇਰ ਇਹ ਡਿਊਟੀ ਹੁੰਦੀ ਹੈ ਫਿਰ ਉਹ ਸਾਰਿਆਂ ਲਈ ਇਕ ਦ੍ਰਿਸ਼ਟ ਕਰ ਸਮਸੱਜਣਾ ਕਹਿੰਦੇ ਜੋਗੀ ਕਹੀਏ ਸੋਈ ਫਿਰ ਧਰਮ ਵੀ ਕੋਈ ਹੈ ਇੱਕੋ ਧਰਮ ਦਰੜਾ ਸੱਚ ਕੋਈ ਗੁਰਮਤਪੁਰਾ ਜੋਗੀ ਸੋਈ ਫਿਰ ਹੁਣ ਜਿਵੇਂ ਉਹਦੇ ਵਿੱਚ ਫਿਰ ਆਪਾਂ ਗੱਲ ਕਰਦੇ ਆਂ ਸ੍ਰਿਸ਼ਟੀ ਦੀ ਜਾਂ ਗੱਲ ਕਰਦੇ ਆਂ ਸਰੀਰ ਦੀ ਸਰੀਰ ਔਰ ਸ੍ਰਿਸ਼ਟੀ ਲੱਗਤਾਂ ਨਹੀਂ ਸਕਦੇ ਆਪਾਂ ਕੁਦਰਤ ਨੂੰ ਤੇ ਸਰੀਰ ਨੂੰ ਅਲੱਗ ਕਿਵੇਂ ਕਰੋਗੇ ਠੀਕ ਹੈ ਇਹ ਤਾਂ ਉਹਦੇ ਸਿਸਟਮ ਦੇ ਵਿੱਚ ਬਣੇ ਹੋਏ ਆ ਸਰੀਰ ਨਹੀਂ ਤਾਂ ਆਪਾਂ ਨੇ ਆਪਣੀ ਮਰਜ਼ੀ ਨਾਲ ਚਾਰ ਚਾਰ ਕੰਨ ਵੀ ਲਾ ਸਕਦੇ ਸੀ ਚਾਰ ਚਾਰ ਅੱਖਾਂ ਵੀ ਲਾ ਸਕਦੇ ਸੀ ਵੱਧ ਵੀ ਲਾ ਸਕਦੇ ਸੀ ਮੈਂ ਦੋ ਤਿੰਨ ਹਾਰਟ ਪਾਲਣ ਦੇ ਵਿੱਚ ਕਰ ਫੇਲ ਹੋਣ ਲੱਗ ਗਏ ਆ ਵੀ ਆਪਾਂ ਹਾਰਟ ਬਹੁਤ ਜ਼ਿਆਦਾ ਪਾਲੀ ਹੈ ਨਾ ਤੇ ਇਹ ਮਤਲਬ ਜਿਹੜੀ ਚੀਜ਼ ਹੈ ਇਹ ਸਾਨੂੰ ਅਹਿਸਾਸ ਕਰਾਉਂਦੀ ਹੈ ਵੀ ਬਾਡੀ ਜਿਹੜੀ ਬਣੀ ਹੋਈ ਹੈ ਜਦੋਂ ਇਹਨੂੰ ਵਿਚਾਰਨ ਦੀ ਕੋਸ਼ਿਸ਼ ਕਰਦੇ ਆ ਬਾਡੀ ਦੇ ਆਰਗਾਨਿਕ ਦੂਜੀ ਦੀ ਕਿੰਨੀ ਸਪੋਰਟ ਕਰਦੇ ਜੀ ਸਾਰੇ ਸਪੋਰਟ ਕਰ ਰਹੇ ਆ ਜੇਕਰ ਹਾਰਟ ਹੁਣ ਸਪੋਰਟ ਹੀ ਨਾ ਕਰੇ ਜੀ ਤੇ ਉਹ ਮਤਲਬ ਪੰਪ ਹੀ ਨਾ ਕਰੇ ਆਰਗਨ ਹੋਤੇ ਉਹ ਆਰਗਨ ਖਰਾਬ ਹੋ ਜਾਣਗੇ ਸਾਰੇ ਤੇ ਇਸ ਲਈ ਮਤਲਬ ਜੋ ਸ੍ਰਿਸ਼ਟੀ ਚ ਦੇਖਦੇ ਹਾਂ ਇੱਕ ਦੂਜੇ ਦੀ ਸਪੋਰਟ ਹੋ ਰਹੀ ਹੈ ਨਾ ਤੇ ਗੱਡੀ ਦੇ ਆਰਗਨ ਦੇਖਦੇ ਗੱਡੀ ਦੇ ਪਾਰਟ ਦੇਖਦੇ ਆ ਉਹ ਇੱਕ ਦੂਜੇ ਦੀ ਸਪੋਰਟ ਕਰਦੇ ਜੇਪਾਂ ਗਈ ਹੈ ਗੇਅਰ ਯੂਨਾਈਟ ਹੋ ਕੇ ਮੈਂ ਚੱਕਰ ਵੀ ਮੈਚ ਕਰਦੇ ਗੇਅਰ ਦੇ ਤੇ ਇੰਜਨ ਦੇ ਤੇ ਨਹੀਂ ਤਾਂ ਉਹ ਚੱਲੇ ਨਹੀਂ ਸਕਦੀ ਚੱਲੇ ਨਹੀਂ ਤੇ ਉਹ ਸਾਰੇ ਦਾ ਲਿੰਕ ਐਪਸ ਵਿੱਚ ਕਿਦਾਂ ਇੱਕ ਦੂਜੇ ਨਾਲ ਲਿੰਕ ਹੈਗਾ ਟਾਇਰਾਂ ਦੇ ਨਾਲ ਕੀ ਇਹਦੇ ਨਾਲ ਕੀ ਗੇਅਰ ਨਾਲ ਬ੍ਰੇਕ ਸੈਂਸਰ ਸਾਰੇ ਕੁਸ਼ਨ ਜਿਹੜਾ ਹੈ ਆਪਸ ਵਿੱਚ ਗੱਲ ਕਿਦਾਂ ਯੂਨਾਈਟ ਹੋ ਕੇ ਚੱਲਦੇ ਹਨ ਇੱਕ ਦੂਜੇ ਦੀ ਸਪੋਰਟ ਜਿਹੜੀ ਹੈਗੀ ਹੈ ਉਹ ਆਪਾਂ ਪ੍ਰਕਿਰਤੀ ਦੇ ਵਿੱਚ ਕਿਸੇ ਵੀ ਚੀਜ਼ ਨੂੰ ਦੇਖਦੇ ਕੁਦਰਤ ਦੇ ਵਿੱਚ ਉਹ ਸਪੋਰਟ ਕਰ ਰਹੀ ਹੈ ਇੱਕ ਦੂਜੇ ਦੀ ਸਪੋਰਟ ਹੈ ਸ੍ਰਿਸ਼ਟੀ ਦੇ ਚੱਲਣ ਨਾਲ ਇੱਕ ਦੂਜੀ ਦੀ ਸਪੋਰਟ ਹੈਗੀ ਹੈ ਸਰੀਰ ਦੇ ਆਰਗਨ ਦੇਖ ਰਹੇ ਆਪਾਂ ਇਹ ਸਪੋਰਟ ਹੈਗੀ ਹੈ ਸਪੋਰਟ ਕਰਨਾ ਹੀ ਇੱਕ ਦੂਜੇ ਦੀ ਇਹ ਸਾਡੀ ਡਿਊਟੀ ਹੈ ਤੁਸੀਂ ਨਾ ਮੇਰਾ ਅਗਲਾ ਸਵਾਲ ਲੈ ਗਏ ਤੁਸੀਂ ਬਿਲਕੁਲ ਉਹਦੇ ਨਾਲ ਹੀ ਇਹ ਜੋੜ ਕੇ ਜਵਾਬ ਦੇ ਦਿੱਤਾ ਮੈਂ ਵੀ ਇਹ ਤੁਹਾਡੇ ਤੋਂ ਪੁੱਛਣ ਵਾਲਾ ਸੀ ਕਿ ਅਸੀਂ ਸਮਝ ਲਿਆ ਕਿ ਅਸੀਂ ਇੱਕ ਹੈਗੇ ਆ ਕਿਸੇ ਨੂੰ ਬਗਾਨਾ ਨਹੀਂ ਸਮਝਣਾ ਅਸੀਂ ਸਭ ਇੱਕ ਹੈ ਪਰ ਸੋਸ਼ਲ ਡਿਊਟੀ ਆਖਰਕਾਰ ਬਣਦੀ ਗਈ ਹੈ ਤੁਸੀਂ ਇੱਕ ਚੀਜ਼ ਤੇ ਐਕਸਪਲੇਨ ਕਰ ਹੀ ਦਿੱਤੀ ਹੈ ਪਹਿਲਾਂ ਹੀ ਤੇ ਇਸ ਤੋਂ ਇਲਾਵਾ ਹੋਰ ਕੀ ਡਿਊਟੀਆਂ ਬਣਦੀਆਂ ਨੇ ਜੇ ਅੰਡਰਸਟੈਂਡ ਕੀਤਾ ਜਾਵੇ ਕਿਉਂਕਿ ਗੱਲਾਂ ਸੁਣਨ ਦੇ ਵਿੱਚ ਚੰਗੀਆਂ ਲੱਗਦੀਆਂ ਨੇ ਪਰ ਪ੍ਰੈਕਟੀਕਲ ਲਾਈਫ ਦੇ ਵਿੱਚ ਲੋਕ ਬਹੁਤ ਸੰਘਰਸ਼ ਕਰ ਰਹੇ ਨੇ ਆਪਣੀ ਆਪਣੀ ਜ਼ਿੰਦਗੀ ਨਾਲ ਉਲਝੇ ਨੇ ਜਿਵੇਂ ਤੁਸੀਂ ਗੱਲ ਕੀਤੀ ਵਿੱਚ ਕਿ ਜਦੋਂ ਅਸੀਂ ਬਹੁਤ ਕੇਂਦਰਿਤ ਹੋ ਜਾਂਦੇ ਹਾਂ ਖੁਦ ਦੇ ਉੱਤੇ ਤਾਂ ਫਿਰ ਸਾਨੂੰ ਬਾਕੀ ਬਗਾਨੇ ਲੱਗਣ ਲੱਗ ਜਾਂਦੇ ਨੇ ਕਿਉਂਕਿ ਫਿਰ ਅਸੀਂ ਆਪਣੀ ਜ਼ਰੂਰਤ ਨੂੰ ਪੂਰਾ ਕਰਨ ਬਾਰੇ ਸੋਚਦੇ ਹਾਂ ਪਰ ਕਿਵੇਂ ਕਰੇ ਕੋਈ ਨਹੀਂ ਕੰਪਲਿਕੇਟਡ ਤਾਂ ਜਿਹੜਾ ਆਪਾਂ ਕਹਿੰਦੇ ਹਾਂ ਉਲਝ ਗਏ ਨਾ ਇਹ ਤਾਂ ਅਸੀਂ ਮਤਲਬ ਸਾਡੀ ਸੋਚ ਨੇ ਹੀ ਉਲਝਾਇਆ ਹੋਇਆ ਸਾਨੂੰ ਜੀ ਅਦਰਵਾਇਜ਼ ਤਾਂ ਸਾਡੇ ਸਾਡੇ ਅੰਦਰ ਨਾ ਬਹੁਤ ਦਰਵਾਜ਼ੇ ਖੁੱਲੇ ਐ ਇੱਕ ਰਸਤਾ ਬੰਦ ਹੁੰਦਾ ਨਾ ਹੂੰ ਕਿਹ ਕਿਹੇ ਰਸਤੇ ਖੁੱਲਦੇ ਆ ਉਹ ਦੇਖਦੇ ਕਿਉਂ ਨਹੀਂ ਹੈਗੇ ਕਿਉਂਕਿ ਅਸੀਂ ਦੇਖ ਹੀ ਆਪਣੇ ਵੱਲ ਰਹੇ ਹਾਂ ਇਨਸਿਕਿਉਰਿਟੀ 'ਚ ਜੀ ਰਹੇ ਹਾਂ ਫੀਅਰ 'ਚ ਜੀ ਰਹੇ ਹਾਂ ਤੇ ਜਦੋਂ ਇਹ ਚੀਜ਼ਾਂ ਖਤਮ ਹੁੰਦੀਆਂ ਖਤਮ ਕਦੋਂ ਹੁੰਦੀਆਂ ਹੂੰ ਇਹ ਖਤਮ ਹੁੰਦੀ ਹੈ ਜਦੋਂ ਸੱਚ ਜਿਹੜਾ ਹੈਗਾ ਜਿਹਨੂੰ ਰਿਐਲਿਟੀ ਕਹਿੰਦੇ ਐ ਅਲਟੀਮੇਟ ਰਿਐਲਿਟੀ ਉਹ ਰਿਅਲਾਈਜ਼ ਹੁੰਦੀ ਹੈ ਇਹ ਚੀਜ਼ਾਂ ਖਤਮ ਹੋਣੀ ਸ਼ੁਰੂ ਹੋ ਜਾਂਦੀਆਂ ਹਨ ਮਤਲਬ ਇਹ ਉਹ ਨਹੀਂ ਕਿ ਜਿਵੇਂ ਲੋਕ ਕਹਿੰਦੇ ਨੇ ਕਿ ਇਹ ਤਾਂ ਜੀ ਹੁਣ ਉਦੋਂ ਹੀ ਮੁੱਕੂ ਜਦੋਂ ਬੰਦਾ ਮੁੱਕੂ ਇਹ ਮਤਲਬ ਉਦੋਂ ਨਹੀਂ ਇਹ ਤੁਹਾਡੀ ਅਸਲ ਚ ਚੇਤਨਤਾ ਜਦੋਂ ਖੁੱਲੂਗੀ ਤੁਹਾਡੇ ਕਹਿਣ ਦੇ ਭਾਵ ਨਾਲ ਕਿ ਉਦੋਂ ਜਾ ਕੇ ਮੁੱਕਣਗੀ ਜਿਹੜੀ ਗੱਲ ਆਪਾਂ ਮੁਖੱਦ ਦੀ ਕਰਦੇ ਆ ਨਾ ਵੀ ਇੰਨਾ ਬੁਰਾਈਆਂ ਤੋਂ ਕਹਿ ਲਓ ਇੰਨਾ ਕਮਜ਼ੋਰੀਆਂ ਤੋਂ ਕਹਿ ਲਓ ਹੈ ਨਾ ਇਸ ਡਰ ਤੋਂ ਕਹਿ ਲਓ ਹੈ ਨਾ ਇਹ ਬੰਧਨ ਟੁੱਟੂ ਕਦੋਂ ਹੂੰ ਇਹ ਤਾਂ ਜਿਹੜਾ ਬਲ ਮਿਲਦਾ ਹੈ ਨਾ ਬੰਦੇ ਦੇ ਐਟੀਟਿਊਡ ਨਾਲ ਮਿਲਦਾ ਬੰਦੇ ਦੇ ਵਿਸ਼ਵਾਸ ਦੇ ਨਾਲ ਅੰਦਰ એનર્ਜੀ ਪੈਦਾ ਹੁੰਦੀ ਹੈ ਮਤਲਬ ਇਹ ਨਹੀਂ ਖਤਮ ਹੋਣ ਗਿਆ ਤੁਹਾਨੂੰ ਉਸ ਦੇ ਲਈ ਖੁਦ ਬਲਵੰਤ ਹੋਣਾ ਪਏਗਾ ਆਪਣੇ ਆਪ ਬਲ ਹੋਆ ਬੰਧਨ ਛੁੱਟੇ ਕੀ ਬਲ ਜਦੋਂ ਬਲ ਹੁੰਦਾ ਹੈ ਨਾ ਬਾ بڑا ਸਭ ਕੁਝ ਉਹ ਤੋਂ ਪਾਏ ਮਤਲਬ ਬਲ ਛੁੱਟ ਗਿਆ ਬੰਧਨ ਬੜੇ ਹੁਣ ਜੋ ਮਰਜ਼ੀ ਹੁਣ ਤਾਂ ਬਣ ਲੈਣਾ ਤੁਹਾਨੂੰ ਆ ਕੀ ਹੋਊਗਾ ਮੇਰਾ ਇਹਦਾ ਕੀ ਬਣੂਗਾ ਆ ਕੀ ਮਤਲਬ ਇਹ ਨੇ ਬੰਧਨ ਹੈਗੇ ਜੀ ਦੇ ਬੰਧਨ ਹੈ ਮਤਲਬ ਕੀ ਕੀ ਦਸੀਏ ਤੁਹਾਨੂੰ ਇਹ ਕੁਟੰਬ ਸਭ ਜੀ ਕੇ ਵੰਦਨ ਭਾਈ ਆ ਪਰਿਵਾਰ ਚ ਉਲਝ ਗਿਆ ਬੰਦਾ ਹੁਣ ਪਰਿਵਾਰ ਜੇਕਰ ਉਹਦਾ ਬਣ ਜਾਂਦਾ ਸੰਸਾਰ ਤੇ ਉਹਦੇ ਅੰਦਰ ਤਾਂ ਰਸਤੇ ਕਲਾ ਇਨੀ ਫਟਣੇ ਸੀ ਉਹਦੇ ਅੰਦਰ ਨਰਜੀ ਵਿਜ਼ਡਮ ਤੇ ਆਈਡੀਆਜ਼ ਇਨੀ ਜ਼ਿਆਦੇ ਹੋਣੇ ਸੀ ਤੇ ਮੈਂ ਕਹਿੰਦਾ ਕੁਦਰਤ ਉਹਦੀ ਜਿਹੜੀ ਏਡੀ ਵੱਡੀ ਪਾਵਰ ਹੈਗੀ ਉਹਦੇ ਪਿੱਛੇ ਖੜੀ ਆ ਕੋਈ ਪ੍ਰੋਬਲਮ ਹੀ ਨਹੀਂ ਸੀ ਨਿਕ ਰਸਤਾ ਬੰਦ ਹੁੰਦਾ ਮੈਂ ਤੁਹਾਨੂੰ ਦੱਸਦਾ ਵੀ ਚਾਰ ਚਾਰ ਰਸਤੇ ਆ ਕਿ ਬਿਲਕੁਲ ਕਲੀਅਰ ਹੈ ਬੇਅੰਤ ਨੂੰ ਆ ਵੀ ਹੈਗਾ ਆ ਵੀ ਹੈਗਾ ਆ ਵੀ ਹੈਗਾ ਬੇਅੰਤ ਕੁਸ਼ਲ ਸ਼ਕਤੀ ਹੈਗੀ ਕੁਦਰਤ ਦੇ ਵਿੱਚ ਬ੍ਰਹਿਮੰਡ ਦੇ ਵਿੱਚ ਸਾਡੀ ਸਪੋਰਟ ਦੇ ਲਈ ਖੜੀ ਜਿਵੇਂ ਮਾਪੇ ਸਾਡੀ ਸਪੋਰਟ ਦੇ ਵਿੱਚ ਖੜਦੇ ਆ ਨਾ ਮੈਂ ਪੋਜ਼ਿਟਿਵ ਪਰਿਵਾਰਾਂ ਦੀ ਗੱਲ ਕਰ ਰਿਹਾ ਜਿਵੇਂ ਮਾਪੇ ਜਦੋਂ ਆਪਾਂ ਕੁਦਰਤ ਦੀ ਗੱਲ ਕਰਦੇ ਆ ਕਾਦਰ ਦੀ ਗੱਲ ਕਰਦੇ ਆ ਨਾ ਤਾਂ ਉੱਥੇ ਫਿਰ ਆਪਾਂ ਉਹੀ ਚੀਜ਼ਾਂ ਲੈਂਦੇ ਆ ਮਤਲਬ ਪੋਜ਼ਿਟਿਵ ਜਿਹੜੀਆਂ ਹੁੰਦੀਆਂ ਨੇ ਜਦੋਂ ਰਾਜ ਦੀ ਗੱਲ ਕਰਦੇ ਆ ਨਾ ਤੇ ਕੋਈ ਸ੍ਰਿਸ਼ਟੀ ਦੇ ਰਾਜੇ ਨੂੰ ਸਮਝਣ ਦੇ ਲਈ ਤਾਂ ਉੱਥੇ ਨੇਕ ਰਾਜ ਦੀ ਉਹ ਗੱਲ ਕਰਦੇ ਹਨ ਅੱਛਾ ਵੀਰ ਜੀ ਅਗਰ ਹਰ ਕੋਈ ਸਮਾਜ ਦੇ ਵਿੱਚ ਸਮਝਣਾ ਸ਼ੁਰੂ ਕਰ ਦਿੰਦਾ ਕਿ ਕਿ ਮੇਰੀ ਕਿ ਮੇਰੀ ਸਮਾਜ ਪ੍ਰਤੀ ਡਿਊਟੀ ਕੀ ਹੈ ਹੁਣ ਡਿਊਟੀ ਤੇ ਪ੍ਰਭਾਸਰਾ ਸੰਸਥਾ ਵੀ ਨਿਭਾਰੀ ਹੈ ਸਮਾਜ ਪ੍ਰਤੀ ਨਿਭਾਰੀ ਹੈ ਸਮਾਜ ਦੇ ਲੋਕਾਂ ਪ੍ਰਤੀ ਜਿਹੜੇ ਪੀੜਤ ਨੇ ਉਹਨਾਂ ਤੱਕ ਮਦਦ ਵੀ ਵਿਚਾਰੀ ਸਭ ਕੁਝ ਕਰ ਰਹੀ ਹੈ ਤੇ ਇਦਾਂ ਦੀ ਤਾਂ ਪ੍ਰਭਾਸਰਾ ਸੰਸਥਾਵਾਂ ਹੀ ਬਹੁਤ ਬਣ ਜਾਣਗੀਆਂ ਜੇ ਲੋਕ ਸਮਝਣ ਲੱਗ ਜਾਣਗੇ ਨਹੀਂ ਤੇ ਮਾੜਾ ਕੀ ਹੈ ਜੇ ਆਪਾਂ ਆਪਣੇ ਸਮਾਜ ਨੂੰ ਰੁਲਦੇ ਨੂੰ ਸੰਭਾਲ ਲਈਏ ਹੁਣ ਉੱਥੇ ਨਾਗਰਿਕ ਨੂੰ ਚੱਕ ਕੇ ਲਿਆਂਦਾ ਇੱਕ ਨਹੀਂ ਏ ਕਿੰਨੀ ਠੰਡ ਹੈਗੀ ਦੇਖ ਲਓ ਹੁਣ ਜੀ ਤੇ ਇਸ ਦੇ ਵਿੱਚ ਕਿੰਨੇ ਮਤਲਬ ਹਾਲਾਤ ਸਾਹਮਣੇ ਆ ਰਹੇ ਹੈਗੇ ਕਿੰਨੇ ਨੇ ਹੁਣ ਮੈਨੂੰ ਮਤਲਬ ਉਹ ਬਿਚਾਰੇ ਲੈ ਕੇ ਹੁਣ ਮੋਹਾੜੀ ਜ਼ਿਲ੍ਹੇ ਚ ਵੀ ਥੋੜੀ ਜਿਹਾ ਪਹਿਲਾਂ ਫੋਨ ਆ ਕੇ ਡਜਾ ਆਪਾਂ ਬੈਠਣ ਲੱਗੇ ਹੁਣ ਉਸ ਤੋਂ ਪਹਿਲਾਂ ਲੁਧਿਆਣੇ ਦੇ ਵਿੱਚ ਗੱਲ ਚੱਲ ਰਹੀ ਸੀ ਉਹ ਕਹਿੰਦੇ ਸਾਡੇ ਕੋਲ ਕੋਈ ਹੱਲ ਹੀ ਨਿਕਲਦਾ ਅਲੱਗ-ਅਲੱਗ ਜ਼ਿਲ੍ਹਿਆਂ ਚੋਂ ਰੋਜ਼ ਹੀ ਇੱਕ ਜਗ੍ਹਾ ਤੋਂ ਨਹੀਂ ਫੋਨ ਆਉਂਦੇ ਤਾਂ ਲੋੜ ਬਹੁਤ ਹੈ ਕਿ ਲੋਕਾਂ ਨੂੰ ਚੇਤਨਤਾ ਹੋਵੇ ਕਿ ਸਮਾਜ ਦੇ ਵਿੱਚ ਸਾਡੀ ਡਿਊਟੀਆਂ ਬਣਦੀਆਂ ਹਨ ਇੱਕ ਦੂਜੇ ਦੀ ਹੈਲਪ ਕਰਨੀ ਸਰਕਾਰ ਨੂੰ ਇਸ ਦੇ ਲਈ ਸਟ੍ਰੈਟਜੀ ਵੀ ਬਣਾਉਣੀ ਚਾਹੀਦੀ ਹੈ ਤੇ ਤਾਂ ਕਿ ਮਤਲਬ ਉਹਦੇ ਵਿੱਚ ਕਾਨੂੰਨ ਵਾਲਾ ਪੱਖ ਜਿਹੜਾ ਹੈਗਾ ਉਹ ਵੀ ਫੁੱਲਫਿਲ ਹੋ ਜਾਵੇ ਤੇ ਜਿਹੜੇ ਸੋਸ਼ਲ ਵਰਕਰ ਹੈਗੇ ਆ ਮਤਲਬ ਸੋਸ਼ਲ ਵਰਕਰ ਕੀ انسان ਕਹ ਲਓ انسان ਜਿਹੜਾ ਹੈਗਾ انسان ਦੇ ਅੱਗੇ انسان ਰੋਲ ਰਿਹਾ ਹੋਵੇ ਮਰ ਰਿਹਾ ਹੋਵੇ ਤੁਸੀਂ ਵਧੀਆ ਗੱਲ ਕੀਤੀ ਸੋਸ਼ਲ ਵਰਕਰ ਕੀ ਆ ਤੁਸੀਂ ਸਾਨੂੰ ਸ਼ਾਇਦ ਆਦਤ ਹੈ ਇਨਸਾਨ ਹੋਣ ਦੇ ਨਾਤੇ ਕਿ ਅਸੀਂ ਹਰ ਚੀਜ਼ ਨੂੰ ਕੈਟੇਗੋਰੀਜ਼ ਕਰਨਾ ਚਾਹੁੰਦੇ ਹਾਂ ਜਦੋਂ ਵੀ ਸਾਹਮਣੇ ਸਾਨੂੰ ਕੁਝ ਦਿਖਦਾ ਹੈ ਤਾਂ ਅਸੀਂ ਉਸ ਦੇ ਪਿੱਛੇ ਦਾ ਮਕਸਦ ਲੱਭਣਾ ਚਾਹੁੰਦੇ ਹਾਂ ਜਦੋਂ ਕੁਝ ਲੋਕ ਕਿਸੇ ਦੀ ਮਦਦ ਕਰਨ ਦੀ ਕੋਸ਼ਿਸ਼ ਕਰਦੇ ਨੇ ਤਾਂ ਕੁਝ ਲੋਕ ਉਹਨਾਂ ਦੀ ਇੰਟੈਂਸ਼ਨਸ ਨੂੰ ਜਾਂਚਣ ਦੇ ਵਿੱਚ ਲੱਗ ਜਾਂਦੇ ਨੇ ਕਿ ਇਹ ਬੰਦਿਆਂ ਦੀ ਸੋਚ ਕੀ ਹੈ ਇਹ ਕਿਉਂ ਕਰਨਾ ਚਾਹੁੰਦੇ ਨੇ ਸਗੋਂ ਕੋਈ ਮਦਦ ਲਈ ਵੀ ਅੱਗੇ ਆਂਦਾ ਹੈ ਤਾਂ ਜਿਹਦੀ ਮਦਦ ਕੀਤੀ ਜਾ ਰਹੀ ਹੁੰਦੀ ਹੈ ਕਈ ਵਾਰ ਉਹ ਵੀ ਸੋਚਣ ਲੱਗ ਜਾਂਦਾ ਹੈ ਕਿ ਇਸ ਨੂੰ ਮੇਰੇ ਤੋਂ ਕੋਈ ਫਾਇਦਾ ਤਾਂ ਨਹੀਂ ਹੈ ਜਾਂ ਇੱਕ ਮੇਰਾ ਕੋਈ ਨੁਕਸਾਨ ਤਾਂ ਨਹੀਂ ਇਹ ਵੀ ਇੱਕ ਇਨਸਾਨੀ ਸੋਚ ਜਿਹੜੀ ਆ ਰੁਕਾਵਟਾਂ ਬਣਦੀ ਹੈ ਚੀਜ਼ਾਂ ਦੇ ਵਿੱਚ ਤੇ ਆਮ ਬੰਦਾ ਕੋਈ ਕਿਸੇ ਦੀ ਮਦਦ ਨਹੀਂ ਵੀ ਕਰ ਪਾਂਦਾ ਛੋਟੀ ਜੀ ਗੱਲ ਕਰਦਾ ਪਹਿਲਾਂ ਸਾਡੇ ਕਾਨੂੰਨ ਨਹੀਂ ਸੀਗਾ ਇਹ ਕਿ ਅਗਰ ਐਕਸੀਡੈਂਟ ਹੋ ਜਾਂਦਾ ਸੀ ਰੋਡ ਦੇ ਉੱਤੇ ਕੋਈ ਚੁੱਕ ਕੇ ਹਸਪਤਾਲ ਇਸ ਲਈ ਨਹੀਂ ਲੈ ਜਾਂਦਾ ਸੀ ਕਿਉਂਕਿ ਪੁਲਸ ਉਹਨਾਂ ਨੂੰ ਫਿਰ ਢੇੜੇ ਲਵਾਉਂਦੀ ਸੀ ਉਹਨਾਂ ਤੋਂ ਤਫ਼ਤੀਸ਼ਾਂ ਹੁੰਦੀਆਂ ਸੀਗੀਆਂ ਬਿਆਨ ਲੈ ਜਾਂਦੇ ਸੀ ਕਈ ਵਾਰ ਤਾਂ ਉਹਨਾਂ ਦੇ ਉੱਪਰ ਕੇਸ ਪੈ ਜਾਂਦਾ ਹੁੰਦਾ ਸੀ ਹਾਲਾਂਕਿ ਹੁਣ ਤੇ ਚਲੋ ਫੇਰ ਹੋ ਗਿਆ ਕਿ ਨਹੀਂ ਜੀ ਐਕਸੀਡੈਂਟ ਹੋਇਆ ਤਾਂ ਪਹਿਲਾਂ ਲੈ ਕੇ ਜਾਓ ਤੁਹਾਡੇ ਉੱਤੇ ਕੋਈ ਐਕਸ਼ਨ ਨਹੀਂ ਹੋਏਗਾ ਪਰ ਫੇਰ ਵੀ ਹੁਣ ਵੀ ਲੋਕ ਡਰਦੇ ਨੇ ਅਗਰ ਹੁਣ ਦੀ ਇੱਕ ਕਾਨੂੰਨ ਦੀ ਮੈਂ ਗੱਲ ਕਰਦਾ ਥੋੜੀ ਮੇਰੀ ਗੱਲ ਲੰਬੀ ਹੋਗੀ ਤੁਸੀਂ ਸਮਝ ਰਹੇ ਹੋਵਗੇ ਭਾਵਨਾਵਾਂ ਨੂੰ ਕਿ ਕੀ ਹੈ ਹੁਣ ਇੱਕ ਜਿਹੜੇ ਕਾਨੂੰਨ ਦੇ ਉੱਤੇ ਬਹਿਸ ਚੱਲ ਰਹੀ ਹੈ ਕਿ ਜੇ ਕੋਈ ਟਰੱਕ ਡਰਾਈਵਰ ਜਾਂ ਕੋਈ ਡਰਾਈਵਰ ਕਿਸੇ ਤੋਂ ਐਕਸੀਡੈਂਟ ਹੋ ਜਾਂਦਾ ਤਾਂ ਉੱਥੇ ਰੁਕੇ ਹਿੱਟ ਐਂਡ ਰਨ ਨਾ ਹੋਵੇ ਉਹ ਭੱਜੇ ਨਾ ਉਥੋਂ ਪਰ ਉਹ ਲੋਕ ਡਰਦੇ ਨੇ ਕਿ ਲੋਕ ਜਿਹੜੇ ਇਕੱਠੇ ਹੋ ਕੇ ਉਹਨਾਂ ਨੂੰ ਮਾਰਨਗੇ ਕੁੱਟਣਗੇ ਤੇ ਦੂਜੀ ਗੱਲ ਹੈ ਕਿ ਅਗਰ ਉਹ ਚਲੇ ਵੀ ਜਾਂਦੇ ਆ ਤੇ ਇਹ ਦੇਖਿਆ ਹੀ ਨਹੀਂ ਜਾਏਗਾ ਕਿ ਗਲਤੀ ਕਿਹਦੀ ਹੈ ਇਹ ਦੇਖਿਆ ਜਾਏਗਾ ਕਿ ਵੱਡੀ ਗੱਡੀ ਕਿਹੜੀ ਹੈ ਉਸ ਦੇ ਉੱਤ ਸਿਰ ਪੈ ਜਾਂਦਾ ਸੋ ਇੱਕ ਚੀਜ਼ਾਂ ਸਾਡੇ ਆਲੇ ਦੁਆਲੇ ਹੁੰਦੀਆਂ ਕਿਵੇਂ ਇਹਨਾਂ ਚੁਣੌਤੀਆਂ ਦੇ ਨਾਲ ਨਿਬੜ ਕੇ ਕੋਈ ਕਿਸੇ ਦੀ ਮਦਦ ਲਈ ਅੱਗੇ ਆਵੇ ਲੈਸਰਲੀ ਜੇ ਤੁਸੀਂ ਕਹੋਗੇ ਨਾ ਵੀ ਮੈਂ ਕੰਡੇ ਖਤਮ ਕਰ ਰਹੇ ਹਾਂ ਤੇ ਉੱਪਰੋਂ ਕੰਡਿਆਂ ਨੂੰ ਕੱਟ ਗਏ ਹਨ ਉੱਪਰੋਂ-ਉੱਪਰੋਂ ਕੱਟ ਦਵਾ ਹੈ ਨਾ ਉਹ ਟਾਣੀ ਜੀ ਉਹ ਤਾਂ ਦੁਬਾਰਾ ਫਿਰ ਲੱਗ ਜਾਨੇ ਹੈ ਜੀ ਇਸ ਕਰਕੇ ਜਦੋਂ ਚੇਂਜ ਲਿਆਉਣੀ ਹੁੰਦੀ ਹੈ ਨਾ ਸਮਾਜ ਵਿੱਚ ਉਹ ਰੂਟ ਤੇ ਕੰਮ ਕਰਨਾ ਪੈਂਦਾ ਹਮ ਇਨਵਾਇਰਨਮੈਂਟ ਬੰਦੇ ਨੂੰ ਸ਼ੁਰੂ ਤੋਂ ਹੀ ਜਿਵੇਂ ਕੱਲੋਂ ਨਾ ਵੀ ਆਪਾਂ ਗੱਲ ਕਰਦੇ ਸੀ ਵੀ ਬਚਪਨ ਤੋਂ ਲੈ ਕੇ ਉਹ ਸਕੂਲ ਵੀ ਹੈ 200 ਪਹਿਲਾਂ ਪੇਰੈਂਟਸ ਵੀ ਹੈ ਮਾਂ ਦੇ ਪੇਟ ਤੋਂ ਹੀ ਲੈ ਗਏ ਹੈ ਨਾ ਜਿਸ ਵੇਲੇ ਤੇ ਉਹ ਵਾਤਾਵਰਨ ਸਾਨੂੰ ਮਾਈਂਡ ਸੈਟ ਉਦੋਂ ਦੇ ਬਣਾਉਣੇ ਪੈਣੇ ਹੈ ਕਿ ਜਿਹੜੇ ਲੋਕ ਆ ਰਹੇ ਨੇ ਉਹਨਾਂ ਨੂੰ ਹਾਂ ਉਹਨਾਂ ਦੀ ਸਪੋਰਟ ਹਰ ਤਰ੍ਹਾਂ ਨਾਲ ਜਦੋਂ ਮਤਲਬ ਕੋਈ ਇਹੋ ਜਿਹੀ ਘਟਨਾ ਹੁੰਦੀ ਹੈ ਪੁਲਿਸ ਦਾ ਟਾਈਮ ਸਿਰ ਪਹੁੰਚਣਾ ਤੇ ਪੁਲਿਸ ਨੂੰ ਉਸ ਢੰਗ ਨਾਲ ਨੂੰ ਪੁਲਿਸ ਨੂੰ ਟ੍ਰੇਨਿੰਗ ਦੇਣੀ ਹੈ ਤੇ ਕਿਦਾਂ ਪਬਲਿਕ ਨਾਲ ਡੀਲ ਕਰਨਾ ਕਿਵੇਂ ਆਪਾਂ ਪਬਲਿਕ ਦੇ ਸੇਵਾਦਾਰ ਐ ਸਰਵੈਂਟ ਹੈਗੇ ਹਨ ਇਹ ਇਸ ਦੇ ਲਈ ਬੱਚੇ ਨੂੰ ਵੀ ਸ਼ੁਰੂ ਤੋਂ ਹੀ ਤੋਂ ਬੱਚਿਆਂ ਨੂੰ ਕਰ ਲੋ ਸਮਾਜ ਨੂੰ ਕਰ ਲੋ ਉਹਦੀ ਕਾਉਂਸਲਿੰਗ ਉਹਦੀ ਅਵੇਅਰਨੈਸ ਕਰ ਲੋ ਤੇ ਉਸ ਨੂੰ ਮਤਲਬ ਇਹ ਜਾਗਰੂਤਾ ਵੀ ਲੈਣੀ ਹੈ ਉਸ ਦੇ ਪ੍ਰਤੀ ਹੈਨਾ ਕਿ ਉਹਨਾਂ ਦੀਆਂ ਰਿਸਪੌਂਸਿਬਿਲਟੀਜ਼ ਬਣਦੀਆਂ ਹੈ ਵੀ ਕਦੀ ਵੀ ਇਹਦਾ ਹੱਥ ਨਹੀਂ ਚੱਕਣਾ ਕਾਨੂੰਨ ਜਿਹੜਾ ਹੈਗਾ ਕਾਨੂੰਨ ਦੇ ਮੁਤਾਬਕ ਜੇ ਕੋਈ ਗੱਲ ਹੋਊਗੀ ਤਾਂ ਕਾਨੂੰਨ ਦੇ ਮੁਤਾਬਕ ਜੋ ਵੀ ਇਹ ਸਮਾਜ ਨੂੰ ਚਲਾਉਣ ਦੇ ਲਈ ਸੰਵਿਧਾਨ ਬਣਾਇਆ ਹੋਇਆ ਕਾਨੂੰਨ ਬਣਾਇਆ ਉਹਦੇ ਵਿੱਚੋਂ ਤੇ ਉਹ ਕਾਨੂੰਨਾਂ ਦੇ ਆਧਾਰ ਤੇ ਉਹਨੂੰ ਆਪਣੇ ਆਪ ਇਹ ਚੀਜ਼ ਇਹ ਮਤਲਬ ਇਹਦੇ ਲਈ ਨਾ ਸਕੂਲਾਂ ਦੇ ਵਿੱਚ ਬਹੁਤ ਅਧਿਆਪਕਾਂ ਦੀ ਡਿਊਟੀਆਂ ਲੱਗਣੀਆਂ ਚਾਹੀਦੀਆਂ ਕਿ ਉਹਨਾਂ ਨੂੰ ਸਮਝਾਵੇ ਕਿ ਇਨਸਾਨ ਨੂੰ ਇਨਸਾਨ ਬਣਾਇਆ ਜਾਵੇ ਪਹਿਲਾਂ ਇਨਸਾਨ ਨੂੰ ਇਨਸਾਨ ਜਦੋਂ ਬਣਾ ਕੇ ਤੁਸੀਂ ਫਿਰ ਬਾਅਦ ਦੇ ਵਿੱਚ ਇਹੋ ਜਿਹੇ ਕਾਨੂੰਨ ਜਿੰਨੇ ਮਰਜ਼ੀ ਲਾਗੂ ਕਰ ਲੋ ਬਾਹਰਲੀ ਕੰਟਰੀ ਜੇ ਕਰਦੀ ਹੈ ਤਾਂ ਉੱ ਉਹ ਆਪ ਹੀ ਦੱਸ ਦੇ ਵੀ ਮੇਰਾ ਮਤਲਬ ਹਰ ਇੱਕ ਚੀਜ਼ ਦੱਸ ਦਿੰਦੇ ਹੋ ਵੀ ਆ ਚੀਜ਼ ਮਤਲਬ ਕਿਉਂਕਿ ਉੱਥੇ ਕੋਈ ਇਦਾਂ ਆਲੇ ਦੁਆਲੇ ਤੋਂ ਆ ਕੇ ਜੋ ਇੱਥੇ ਹਾਲਾਤ ਬਣ ਜਾਂਦੇ ਉਦਾਂ ਦੇ ਹਾਲਾਤ ਨਹੀਂ ਬਣਦੇ ਨਹੀਂ ਉਹ ਸ਼ੁਰੂ ਤੋਂ ਹੀ ਮਤਲਬ ਮੈਂ ਤੁਹਾਨੂੰ ਦੱਸ ਰਿਹਾ ਵੀ 3-3 ਸਾਲ ਦੀਆਂ ਬੱਚੀਆਂ ਜਿਹੜੀਆਂ ਹੈਗੀਆਂ ਉੱਥੇ ਦੱਸਦੀਆਂ ਹੁੰਦੀਆਂ ਕਾਨੂੰਨ ਬਾਰੇ ਜੀ ਉਹ ਦੇਸ਼ ਦੀ ਹੈਲਪਲਾਈਨ ਕੱਲ-ਕੱਲ ਦੇ ਟਿਪਸ ਦੇ ਉੱਤੇ ਹੈਗੀ ਐ ਵਿਦੇਸ਼ ਦੀ ਹੈਲਪਲਾਈਨ ਕੀ ਹੈ ਜੀ ਤੇ ਉਹ ਹਰ ਚੀਜ਼ ਜਿਹੜੀ ਹੈਗੇ ਬੱਚੇ ਨੂੰ ਸ਼ੁਰੂ ਤੋਂ ਹੀ ਉਸ ਤਰੀਕੇ ਨਾਲ ਉਹਦੀ ਕਾਉਂਸਲਿੰਗ ਕਰ ਲਓ ਉਹਨੂੰ ਅਵੇਅਰ ਕਰ ਲਓ ਹੈ ਨਾ ਮਤਲਬ ਉਸ ਨੂੰ ਐਜੂਕੇਟ ਕਰ ਲਓ ਕੀਤਾ ਹੁੰਦਾ ਹੈ ਤੇ ਜਦੋਂ ਅਸੀਂ ਉਦਾਂ ਕਰਾਂਗੇ ਤੇ ਫਿਰ ਇਹ ਸਾਰਿਆਂ ਦੇ ਰਿਜ਼ਲਟ ਮਿਲਣਗੇ ਜੇ ਅਸੀਂ ਇਦਾਂ ਤੱਕੇ ਨਾਲ ਥਾਪਾਂਗੇ ਇੱਕ ਕਦਮ ਲਿਆ ਕੇ ਅਚਨ ਜੇ ਜੇਬ ਚੋਂ ਕੱਢ ਕੇ ਕੰਨ ਉਹਨੂੰ ਲਾਗੂ ਕਰਨਾ ਚਾਹਾਂਗੇ ਨਹੀਂ ਨਹੀਂ ਫਿਰ ਉਹਦੇ ਰਿਜ਼ਲਟ ਬੜੇ ਮਤਲਬ ਜੇ ਵੀਗੇ ਮਿਲ ਜਾਣਗੇ ਅੱਛੇ ਸ਼ਾਨਦਾਰ ਰਿਜ਼ਲਟ ਮਿਲ ਜਾਣਗੇ ਉਹਦੇ ਰਿਜ਼ਲਟ ਨਹੀਂ ਫਿਰ ਮਿਲਣ ਵਾਲੇ ਹੈਗੇ ਸਾਨੂੰ ਆਸ ਵੀ ਨਹੀਂ ਰੱਖਣੀ ਚਾਹੀਦੀ ਇਹਦੇ ਲਈ ਗਰਾਊਂਡ ਤਿਆਰ ਕਰਕੇ ਬੀਜ ਬੀਜਣਾ ਚਾਹੀਦਾ ਹੈ ਗਰਾਊਂਡ ਅਸੀਂ ਤਿਆਰ ਨਹੀਂ ਕੀਤੀ ਕੋਈ ਚੱਕ ਕੇ ਬੀਜ ਬੀਜੀ ਜਾ ਰਹੇ ਹੁਣ ਨਵਾਂ ਕਰੂਨ ਕੱਢ ਦੋ ਹੁਣ ਨਵਾਂ ਕਰੂਨ ਕੱਢ ਦੋ ਇਦਾਂ ਨਹੀਂ ਰਿਜ਼ਲਟ ਪਹਿਲੀ ਗੱਲ ਫੇ ਤੁਸੀਂ ਇੱਕ ਤਾਂ ਇਹ ਗੱਲ ਹੋ ਗਈ ਹੈ ਨਾ ਦੂਜੀ ਗੱਲ ਜਿਹੜੀ ਤੁਸੀਂ ਕਿਹਾ ਸੀ ਵੀ ਬੰਦਾ ਦੂਜੇ ਨੂੰ ਚੱਕਣ ਲੱਗਿਆ ਉਦੋਂ ਲੋਗ ਹੈਜ਼ਿਟੇਟ ਕਰਦਾ ਇਹ ਚੀਜ਼ ਕਿਦਾ ਹੈਗਾ ਵੀ ਮੈਂ ਹੀ ਨਾ ਫਸ ਜਾ। ਵੀ ਮੈਂ ਹੀ ਨਾ ਫਸ ਜਾ। ਇਹਦੇ ਪਿੱਛੇ ਵੀ ਆਹੀ ਗੱਲ ਹੈ ਕਿਉਂਕਿ ਤੁਸੀਂ ਭਾਵੇਂ ਕਾਨੂੰਨ ਜਿੰਨਾ ਮਰਜ਼ੀ ਓਪਨ ਕਰ ਦਿਓ ਵੀ ਕੋਈ ਗੱਲ ਨਹੀਂ ਤੁਹਾਨੂੰ ਕੋਈ ਨਹੀਂ ਪੁੱਛੂਗਾ। ਬੰਦਾ ਮੋਹ ਮਾਇਆ 'ਚ ਇੰਨਾ ਫਸ ਗਿਆ। ਉਹ ਕਹਿੰਦਾ ਮੈਂ ਕੀ ਲੈਣਾ ਛੱਡ ਪਰੇ? ਮੈਂ ਜੌਬ ਤੋਂ ਲੇਟ ਹੋ ਜਾਊਂਗਾ। ਮੈਂ ਘਰ ਦੇ ਡੀਕ ਦੇ ਹੋਣੇ ਘਰ ਜਾਣਾ। ਰੋਟੀ ਮਤਲਬ ਰੋਟੀ ਤੋਂ ਲੇਟ ਹੋ ਜਾਊਂਗੇ। ਘਰ ਦੇ ਵੇਟ ਕਰਦੇ ਹੋਣੇ ਫਲਾਣਾ ਟਿਮਕਾ ਵੀ ਤਰ੍ਹਾਂ ਦੀਆਂ ਪਾਰਟੀਆਂ ਹੋਣੀਆਂ। ਮੈਂ ਵਿਆਹ 'ਚ ਜਾਣਾ। ਉਹਦੇ ਲਈ ਵਿਆਹ ਇੰਪੋਰਟੈਂਟ ਹੈ ਪਰ ਬੰਦੀ ਜਾਨ ਵੱਚੋਂ ਨਹੀਂ ਇੰ ਵੀ ਆ ਕਲੋ ਬਰਾਤੀ ਤੇ ਰਸਤੇ ਚ ਇੱਕ ਬੰਦੇ ਦਾ ਐਕਸੀਡੈਂਟ ਹੋਇਆ ਤੇ ਮੈਂ ਕਿਹਾ ਮੈਨੂੰ ਤਾਰ ਜਾਓ ਇੱਥੇ ਕਹਿੰਦਾ ਨਹੀਂ ਨਹੀਂ ਤੁਹਾਨੂੰ ਤਾਰ ਕੇ ਵਜੇ ਲਈ ਜਾਈਏ ਉਹ ਮੈਂ ਕਿਹਾ ਮੈਂ ਨਹੀਂ ਜਾ ਸਕਦਾ ਭਾਈ ਕਹਿੰਦਾ ਵੀਰ ਜੀ ਤੁਹਾਡੇ ਕਰਕੇ ਅਸੀਂ ਮੈਨੂੰ ਸਪੈਸ਼ਲ ਵੀ ਮੈਂ ਤੁਹਾਡੀ ਆਪਾਂ ਇੱਕ ਗੱਡੀ ਚ ਬੈਠੇ ਲੜਾ ਕਹਿੰਦਾ ਉਹ ਮੈਂ ਕਿਹਾ ਜੀ ਠੀਕ ਹੈ ਤੁਸੀਂ ਕੋਈ ਨਹੀਂ ਮੈਂ ਪਹੁੰਚਣ ਦੀ ਕੋਸ਼ਿਸ਼ ਕਰੂੰਗਾ ਪਰ ਮੈਨੂੰ ਤੁਸੀਂ ਇੱਥੇ ਤਾਰਨਾ ਹੈ ਤੁਸੀਂ ਜਾਣਾ ਹੂੰ ਪਿੱਛੇ ਵੀ ਗੱਡੀਆਂ ਅੱਗੇ ਵੀ ਨਾਲ ਇੱਕ ਬੱਸ ਵੀ ਹੈ ਨਾ ਹੂੰ ਤੇ ਮੈਂ ਉੱਥੇ ਉਤਰ ਗਿਆ ਤੇ ਉਹ ਚਲੋ ਫਟਾਫਟ ਜਦੋਂ ਉਹਨੂੰ ਦੇਖਿਆ ਚੱਕਣ ਲੱਗੋ ਉਹ ਕੌਨਸ਼ੀਅਸ ਨਹੀਂ ਹੈਗਾ ਸੀ ਤੇ ਸਵੇਰ ਦਾ ਟਾਈਮ ਸੀ 8 ਵਜੇ ਦਾ ਟਾਈਮ ਸੀ ਰੋਪੜ ਤੋਂ ਅਗਲੇ ਪਾਸੇ ਤੇ ਉਹ ਮਤਲਬ ਮੇਰੀ ਉਸ ਵੇਲੇ ਮਤਲਬ ਬਸ ਇਹ ਕਹ ਲਓ ਮਨ ਨੇ ਨਹੀਂ ਅਲਾਉ ਕੀਤਾ ਮੈਨੂੰ ਜਾਣਾ ਉੱਥੇ ਤੇ ਭਾਵੇਂ ਉਹ ਬਹੁਤ ਹੀ ਭਾਵਨਾਵਾਂ ਵਾਲਾ ਸੱਜਣ ਸੀ ਜਿਹੜਾ ਕਿ ਸਾਡੇ ਐਸੈਂਸਾ ਦੇ ਵਿੱਚ ਬਹੁਤ ਹੀ ਨੇੜੇ ਹੋ ਕੇ ਜੁੜਿਆ ਹੋਇਆ ਤੇ ਉਹਨਾਂ ਨੂੰ ਜਦੋਂ ਥੋੜੀ ਨਾਲ ਦੀ ਨਾਲ ਫੇਰੀ ਇੱਕ ਫੋਨ ਵੀ ਕਰਦਾ ਸੀ ਤੇ ਉਹ ਬਾਈ ਉੱਥੇ ਪਹੁੰਚ ਗਈ ਪੁਲਿਸ ਪਹੁੰਚ ਗਈ ਤੇ ਨਾਲ ਦੇ ਨਾਲ ਜਦੋਂ ਉਹਦੇ ਜਿਪਸੀ ਪਹੁੰਚੀ ਤੇ ਉਹਨਾਂ ਨੇ ਜਿਹੜੀ ਪੈਟਰੋਲਿੰਗ ਵਾਲੀ ਆ ਦੂਜੇ ਹੁੰਦੇ ਹਨ ਤੇ ਉਹਦੇ ਵਿੱਚ ਫਿਰ ਫਟਾਫਟ ਉਹਨਾਂ ਨੇ ਹਸਪਤਾਲ ਕਹਿੰਦੇ ਸੀ ਹਸਪਤਾਲ ਲੈ ਕੇ ਜਾਣੇ ਉੱਥੇ ਤੇ ਜ ਤਸੱਲੀ ਜੀ ਹੋ ਗਈ ਸਾਰੀ ਸਾਨੂੰ ਵੀ ਉਹਨਾਂ ਨੇ ਉਸ ਨੂੰ ਫਰਸਟ ਏਡ ਵੀ ਉਹਨੂੰ ਥੋੜਾ ਜਿਹਾ ਸੀ ਕਹ ਲੋ ਜਿਸ ਤਰੀਕੇ ਨਾਲ ਲੋਡ ਹੁੰਦੀ ਹੈ ਉਹਨੂੰ ਵਨ ਸਾਈਡ ਨੂੰ ਟੋਣ ਦੀ ਜੇ ਕੋਈ ਸਕ੍ਰੀਸ਼ਨ ਹੁੰਦੀ ਵੇ ਤਾਂ ਅੰਦਰ ਨਾ ਉਹ ਸਾਰਾ ਕੁਝ ਉਹ ਕਹਿੰਦੇ ਕੋਈ ਨਹੀਂ ਜੀ ਸੇਲ ਕਰ ਰਹੇ ਸਾਰੇ ਲੈ ਕੇ ਜਾ ਰਹੇ ਤਸੱਲੀ ਜੀ ਹੋ ਗਈ ਅੱਗੇ ਨਿਕਲ ਗਏ ਹਨ ਤੇ ਮੇਰਾ ਕਹਿਣ ਤੋਂ ਭਾਵੇਂ ਇਹ ਚੀਜ਼ਾਂ ਇਹਨੂੰ ਕੋਈ ਅਪਸ਼ਗਨ ਵੀ ਕਹਿੰਦਾ ਇਹਨੂੰ ਕੁਛ ਕਹਿੰਦਾ ਵਿੱਚ ਬੰਦੇ ਦੀਆਂ ਆਵਾਜ਼ਾਂ ਆ ਰਹੀਆਂ ਸੀ ਵੀ ਚੱਲੇ ਕਿੱਥੇ ਨੂੰ ਐ ਇਹ ਮਤਲਬ ਇਹਦੇ ਕਰਨ ਮਤਲਬ ਕੀ ਕਰਨ ਲੱਗਿਆ ਹੈ ਉਹ ਪੰਗਾ ਪੈ ਜੂਗਾ ਤੇ ਹੋਰ ਹੋ ਜੂਗਾ ਇਹ ਹੋ ਜੂਗਾ ਇਹਨੇ ਕਹਣਾ ਤੁਹਾਡੀ ਗੱਡੀ ਨਾਲ ਵਜਿਆ ਉਹ ਮੈਂ ਕਹਾਂ ਵੀ ਤੁਸੀਂ ਜਾਓ ਜਿਹੜਾ ਪੰਗਾ ਹੋਗਾ ਮੈਂ ਆਪਣੇ ਸਿਰ ਤੇ ਲੈ ਲਊਗਾ ਹੈਨਾ ਹੂੰ ਮੇਰਾ ਕਹਿਣ ਦਾ ਮਤਲਬ ਵੀ ਇਹ ਨਹੀਂ ਕਹਿੰਦਾ ਤੂੰ ਪੰਗਿਆਂ 'ਚ ਪੈ ਜਾਣਾ ਮੈਂ ਖੋ ਪੰਗੇ 'ਚੋਂ ਨਿਕਲ ਨਹੀਂ ਪੰਗੇ 'ਚ ਪੈਣਾ ਹੀ ਪੈਂਦਾ ਜਿਸ ਵੇਲੇ ਅਸੀਂ ਮਹਿਸੂਸ ਕਰਦੇ ਨਾ ਵੀ ਕੁਦਰਤ ਇੱਕ ਆਪਣੇ ਆਪ 'ਚ ਲਾਫੁਲਨੈਸ ਕਾਨੂੰਨ ਹੈ ਕੁਦਰਤ ਜੀ ਤੇ ਉਹ ਕਾਨੂੰਨ ਨੂੰ ਜੇ ਅਸੀਂ ਫਾਲੋ ਕਰਾਂਗੇ ਤੇ ਮੈਨੂੰ ਲੱਗਦਾ ਇਹ ਇਹ ਚੀਜ਼ਾਂ ਜਿਹੜੀਆਂ ਸਾਡੀਆਂ ਅਸੀਂ ਮਹਿਸੂਸ ਕਰਦੇ ਮੇ ਤਾਂ ਮੇਰਾ ਪਰਿਵਾਰ ਹੀ ਨਹੀਂ ਸੰਭਾਲ ਹੁੰਦਾ ਮੇ ਤੋਏ ਜੋ ਅਸੀਂ ਬਲੇਮ ਕੰਪਲੇਨਟ ਜਾਂ ਕਰੀ ਜਾਂਦੇ ਨਾ ਆਪਣੇ ਆਪ ਨੂੰ ਬਹੁਤ ਹੀ ਬੀਗ ਇਨਸਾਨ ਇੰਨੀ ਪਾਵਰ ਹੈ ਮਤਲਬ ਜਿਵੇਂ ਕਰ ਲੋ ਇਨਸਾਨ ਇੱਕ ਭਗਵਾਨ ਨੇ ਆਪਣੇ ਪਰਮਾਤਮਾ ਨੇ ਆ ਰੂਪ ਚ ਬਣਾਇਆ ਉਹਨੂੰ ਆਪਣੇ ਮੂਲ ਸਰੂਪ ਚੋਂ ਹੀ ਘੜਿਆ ਹੋਇਆ ਪਰਮਾਤਮਾ ਨੇ ਆਤਮਾ ਨੂੰ ਤੇ ਇਹਦੇ ਕੋਲ ਬਹੁਤ ਵੱਡੀ ਸ਼ਕਤੀ ਹੈ ਪਰ ਜਿਹੜੀ ਇਨਸਿਕਿਉਰਟੀ ਫੀਅਰ ਡਰ ਹੈਗਾ ਇਹਨੇ ਸ਼ਕਤੀਆਂ ਨੂੰ ਸੀਮਿਤ ਕਰ ਦਿੰਦਾ ਤੇ ਇਸ ਕਰਕੇ ਮੈਨੂੰ ਲੱਗਦਾ ਵੀ ਸਾਨੂੰ ਇਹਨਾਂ ਚੀਜ਼ਾਂ ਤੋਂ ਸਮਝਣ ਦੀ ਲੋੜ ਹੈਗੀ ਆਪਣੇ ਆਪ ਨੂੰ ਟਾਈਮ ਦੇਣਾ ਚਾਹੀਦਾ ਹੈਗਾ ਫਿਰ ਪਤਾ ਲੱਗੇਗਾ ਵੀ ਡਿਊਟੀ ਹੈ ਕੀ ਚੀਜ਼ ਜਾਂ ਫਿਰ ਆਪਣੇ ਆਪ ਹੀ ਪਰਿਵਾਰ ਦੀਆਂ ਵੀ ਡਿਊਟੀਆਂ ਆਪਣੇ ਆਪ ਹੀ ਹੋ ਜਾਣੀਆਂ ਹਾਂ ਤੇ ਸਮਾਜ ਦੀਆਂ ਜਿਹੜੀਆਂ ਸਾਡਾ ਇੱਕ ਜਿਹੜਾ ਆਪਾਂ ਗੱਲ ਇੱਕ ਦੀ ਕਰਦੇ ਆਂ ਜੇ ਕੁਦਰਤ ਇੱਕ ਹੈ ਤੇ ਸਾਡੀ ਉਹੀ ਡਿਊਟੀ ਬਣਦੀ ਹੈਗੀ ਜਿਹੜੀ ਸਾਡੀ ਆਪਣੇ ਲਈ ਬਣਦੀ ਆਪਣੇ ਪਰਿਵਾਰ ਲਈ ਜਿਹਨੂੰ ਅਸੀਂ ਕਹਿੰਦੇ ਚਾਰਜ ਜਾਂਦਾ ਤੇ ਫਿਰ ਉਹੀ ਉਹੀ ਸੰਸਾਰ ਲਈ ਬਣਦੀ ਹੈ ਕਿਉਂਕਿ ਇਹ ਸਾਡਾ ਸਾਰਾ ਆਪਣਾ ਅੱਛਾ ਜਿਵੇਂ ਜੰਗਲ ਦੇ ਵਿੱਚ ਜਿਹੜੇ ਜਿਹੜਾ ਜੇ ਸ਼ੇਰ ਦੀ ਗੱਲ ਕਹੀਏ ਸ਼ੇਰ ਨੂੰ ਅਸੀਂ ਕਹਿੰਦੇ ਵੀ ਜੰਗਲ ਦਾ ਰਾਜਾ ਹੁਣ ਕੋਈ ਇੱਕੋ ਹੀ ਸ਼ੇਰ ਤਾਂ ਹੁੰਦਾ ਨਹੀਂ ਸ਼ੇਰ ਵੀ ਜੰਗਲ ਦੇ ਵਿੱਚ ਬਹੁਤ ਹੁੰਦੇ ਨੇ ਉਹ ਪੂਰੇ ਜੰਗਲ ਨੂੰ ਹੀ ਆਪਣਾ ਸਮਝਦਾ ਤਾਂ ਉਸੇ ਤਰੀਕੇ ਨਾਲ ਇਸ ਸੰਸਾਰ ਦੇ ਵਿੱਚ ਅਸੀਂ ਰਹਿ ਰਹੇ ਆਂ ਅਸੀਂ ਇਨਸਾਨ ਤੇ ਇਹ ਪੂਰਾ ਸੰਸਾਰ ਹੀ ਸਾਡਾ ਤੇ ਮਤਲਬ ਤੁਹਾਡੇ ਕਹਿਣ ਦਾ ਮੂਲ ਮੰਤਰ ਉਹੀ ਹੈ ਵੀ ਅਸੀਂ ਕਿਸੇ ਨੂੰ ਬਗਾਨਾ ਹੀ ਨਾ ਸਮਝੀਏ ਅੱਛਾ ਇੱਥੇ ਹੁਣ ਮੈਂ ਆਖਰੀ ਸਵਾਲ ਦੇ ਉੱਤੇ ਆ ਵੀਰ ਜੀ ਕਿਉਂਕਿ ਸਮਾਂ ਵੀ ਹੋਰ ਇਜਾਜ਼ਤ ਨਹੀਂ ਦੇ ਰਿਹਾ ਪਰ ਇੱਥੇ ਇਹ ਗੱਲ ਸੁਣਨੀ ਜ਼ਰੂਰੀ ਹੈ ਸਮਝਣੀ ਜ਼ਰੂਰੀ ਹੈ ਕਿ ਪ੍ਰਬਾਸਰਾ ਸੰਸਥਾ ਸੰਸਥਾ ਦੇ ਵਿੱਚ ਕੋਈ ਇੱਕ ਵਿਅਕਤੀ ਕੰਮ ਨਹੀਂ ਕਰਦਾ ਪੂਰੀ ਸੰਸਥਾ ਦੇ ਵਿੱਚ ਬਹੁਤ ਸਾਰੇ ਲੋਕ ਬਹੁਤ ਸਾਰੇ ਏਮਪਲੋਇਜ਼ ਵੀ ਹੋਣਗੇ ਬਹੁਤ ਸਾਰੇ ਵੋਲੰਟੀਅਰਸ ਵੀ ਹੋਣਗੇ ਬਹੁਤ ਸਾਰੇ ਲੋਕ ਉਦੇਸ਼ਾਂ ਵਿਦੇਸ਼ਾਂ ਤੋਂ ਜੁੜੇ ਨੇ ਤਾਂ ਕਿਤੇ ਜਾ ਕੇ ਇੱਕ ਸੰਸਥਾ ਜਿਹੜੀ ਇਹ ਬਣਦੀ ਹੈ ਜਿਹੜੀ ਸੋਚ ਨੂੰ ਤੁਸੀਂ ਲੈ ਕੇ ਚੱਲੇ ਸੀ ਜਿਹੜੀ ਡਿਊਟੀਆਂ ਨੂੰ ਤੁਸੀਂ ਅੰਡਰਸਟੈਂਡ ਕੀਤਾ ਜ਼ਿੰਮੇਵਾਰੀਆਂ ਸੀ ਸਮਝਿਆ ਸਾਰੇ ਕਿਵੇਂ ਸਮਝ ਪਾਰੇ ਨੇ ਉਹੀ ਇੱਕ ਮੈਸੇਜ ਪੂਰੀ ਸੰਸਾ ਦੇ ਵਿੱਚ ਕਿਵੇਂ ਫਲੋ ਕਰਦਾ ਹੈ ਔਰ ਸਾਰੀ ਸੰਸਾ ਕਿਵੇਂ ਇਕਜੁੱਟ ਹੋ ਕੇ ਉਸ ਕੰਮ ਨੂੰ ਕਰ ਪਾਉਂਦੀ ਹੈ ਦੇਖੋ ਹਰੀ ਕਿਨਾਂ ਮੈਸੇਜ ਥਿਉਰੀ ਜਿਹੜੀ ਤੁਸੀਂ ਸਮਝ ਲਈ ਹੈਗੇ ਆਂ ਪਹਿਲੀ ਗੱਲ ਤਾਂ ਇਕੱਠੇ ਹੋਣਾ ਜਿਵੇਂ ਆਪਾਂ ਗੱਲ ਕਰਦੇ ਸੀ ਨਾ ਵੀ ਇਕੱਠੇ ਪਾਰਟ ਭਾਵੇਂ ਉਹ ਗੱਡੀ ਦੇ ਹੈਗੇ ਨੇ ਭਾਵੇਂ ਸਰੀਰ ਦੇ ਹੈਗੇ ਨੇ ਤੇ ਸ੍ਰਿਸ਼ਟੀ ਦੇ ਵੀ ਹਰੀ ਇੱਕ ਚੀਜ਼ ਇਕੱਠਾ ਜਿਹੜਾ ਹੈਗਾ ਨਾ ਇਹ ਮਤਲਬ ਇਹ ਆਪਣੇ ਆਪ ਚੀਕ ਅਸਲੀ ਜਿਹੜਾ ਮੂਲ ਧਰਮ ਹੈਗਾ ਨਾ ਉਹ ਉਹ ਹੈਗਾ ਵੀ ਇਕੱਠੇ ਅਸੀਂ ਕੋ ਇਕੋ ਦੀ ਔਲਾਦਾਂ ਇਕੋ ਹੀ ਮੂਲ ਸਾਡਾ ਸਾਰਿਆਂ ਦਾ ਹੈਗਾ ਤੇ ਇੱਕ ਪ੍ਰਿੰਸੀਪਲ ਅਡਜਸਟ ਕਰਦਾ ਵੀ ਇਕੱਠੇ ਹੋਣਾ ਇਕੱਠੇ ਰਹਿਣਾ ਤੇ ਇਕੱਠੇ ਚੱਲਣਾ ਤੇ ਜਦੋਂ ਐਦਾਂ ਕਰਦੇ ਆਂ ਤਾਂ ਉਹਦੇ ਵਿੱਚ ਬਹੁਤ ਸਾਰੀ ਸਫਲਤਾ ਜਿਹੜੀ ਹੈਗੀ ਹੈ ਨਾ ਉਹ ਉਹ ਵੈਸੇ ਕਦਮ ਚੁੰਮਦੀ ਹੈ ਜੀ ਇਕੱਠੇ ਹੋ ਜਾਂਦੇ ਆਂ ਇਕੱਠੇ ਰਹਿੰਦੇ ਨਹੀਂ ਹੈਗੇ ਤੇ ਇਕੱਠੇ ਚੱਲ ਨਹੀਂ ਪਾਉਂਦੇ ਤੇ ਸਾਡੇ ਮੈਂਬਰ ਜਿਹੜੇ ਹੈਗੇ ਆ ਉਹ ਇਕੱਠੇ ਵੀ ਹੈਗੇ ਆ ਹੋਏ ਵੀ ਆ ਇਕੱਠੇ ਤੇ ਇਕੱਠੇ ਹੈਗੇ ਵੀ ਹੈਗੇ ਤੇ ਇਕੱਠੇ ਚੱਲਦੇ ਵੀ ਹੈਗੇ ਆ ਤੇ ਇਸ ਕਰਕੇ ਮੈਨੂੰ ਲੱਗਦਾ ਵੀ ਹੋਰ ਜਿਹੜੇ ਕਹ ਲਓ ਇਹੀ ਜਿਨ੍ਹਾਂ ਦਾ ਮਤਲਬ ਪੈਸ਼ਨ ਹੈ ਨਾ ਵੀ ਸਮਾਜ ਦੀਆਂ ਸਮੱਸਿਆਵਾਂ ਨਹੀਂ ਏਰ ਹੱਲ ਹੋਣੇ ਚਾਹੀਦੀਆਂ ਜੇ ਕੁਦਰਤ ਨੇ ਮੈਨੂੰ ਏਬਲ ਬਾਡੀ ਦਿੱਤੀ ਹੈ ਜੇ ਕੁਦਰਤ ਨੇ ਮੈਨੂੰ ਇਹ ਦਿੱਤਾ ਹੈ ਤੇ ਜਿਹੜੇ ਵਿਚਾਰੇ ਕੁਸ਼ਣ ਇਹਨਾਂ ਚੀਜ਼ਾਂ ਤੋਂ ਇਸ ਵੇਲੇ ਹਾਲਾਤਾਂ ਨੇ ਕੁਝ ਵਾਂਝੇ ਹੋ ਗਏ ਆ ਤੇ ਉਹਨਾਂ ਦੀ ਹੈਲਪ ਕਰਨੀ ਵੀ ਸਾਡੀ ਡਿਊਟੀ ਹੈ ਸਾਡਾ ਧਰਮ ਹੈ ਤੇ ਉਹ ਫਿਰ ਮੈਨੂੰ ਲੱਗਦਾ ਹੋਰ ਜੁੜੀ ਜਾ ਰਿਆ ਨੇ ਦੇਸ਼ਾਂ ਵਿਦੇਸ਼ਾਂ ਤੋਂ ਜਿੰਨੀਆਂ ਵੀ ਸੰਗਤਾਂ ਜਿਨ੍ਹਾਂ ਦੇ ਸਦਕਾ ਹੋਣਾ ਮਤਲਬ ਦਿੱਲੀ ਦਾ ਮੈਂ ਕਹਿੰਦਾ ਵੀ 3 3 ਲੱਖ ਦਾ ਖਰਚਾ ਇਹਦਾ ਦਿੱਲੀ ਦਾ ਹੋ ਜਾਂਦਾ ਹੂੰ ਤੇ ਮਤਲਬ ਜੋ ਓਵਰ ਆਲ ਆਪਾਂ ਦੇਖਦੇ ਹੈਗੇ ਹਨਾ ਤੇ ਇਹ ਚੀਜ਼ਾਂ ਸਾਰੀਆਂ ਤਾਂ ਉਸ ਪ੍ਰਮਾਤਮਾ ਦੀ ਕਿਰਪਾ ਨਾਲ ਹੋ ਰਹੀਆਂ ਕੋਈ ਸ਼ੱਕ ਨਹੀਂ ਸਾਡੇ ਤੇ ਕਰਜ਼ਾ ਵੀ ਬਹੁਤ ਹੁਣ ਫੇਰ ਲੋਨ ਲਈ ਅਸੀਂ ਲੱਗੇ ਹੋਈਆਂ ਸਾਨੂੰ ਲੋਨ ਚਾਹੀਦਾ ਹੈਗਾ ਇਸ ਵੇਲੇ ਸਾਡੀਆਂ ਲੋੜਾਂ ਹੀ ਇੰਨੀ ਵਧੀਆਂ ਹੋਈਆਂ ਸਾਡੇ ਸਮਾਜ ਦੀ ਲੋੜਾਂ ਇੰਨੀਆਂ ਸਮਾਜਿਕ ਸੁਰੱਖਿਆ ਸਰਕਾਰ ਨੂੰ ਚਾਹੀਦੀ ਹੈ ਘਰਾਂ ਚ ਪੇ ਬਜ਼ੁਰਗ ਤੜਫ ਰਹੇ ਆਂ ਕਈ ਹੁਣ ਮੈਨੂੰ ਖਰੜ ਤੋਂ ਫੋਨ ਆਇਆ ਥੋੜੀ ਦੇਰ ਪਹਿਲਾਂ ਜੀ ਉਹ ਉੱਥੇ ਵੀ ਆਇਆ ਲਾਈਕ ਔਰਤ ਬੇਚਾਰੀ ਨੇ ਮਤਲਬ ਉਹਨੇ ਲੜਕੀ ਨੇ ਵਿਆਹ ਹੀ ਨਹੀਂ ਕਰਾਇਆ ਉਹ ਕਿੰਨੀ ਉਮਰ ਹੋ ਗਈ ਲਗਭਗ 55 ਤੋਂ 60 ਸਾਲ ਦੇ ਵਿੱਚ ਹੋਣੀ ਹੈ ਉਹਦੇ ਪਿਤਾ ਜੀ ਹੈ ਉਸ ਉਹਨੂੰ ਹਸਪਤਾਲ ਨੂੰ ਸੰਭਾਲ ਨਹੀਂ ਪਾ ਰਹੀ ਘਰ ਦੇ ਵਿੱਚ ਕੱਲੀ ਹੈ ਉਹਦੀ ਸਿਹਤ ਵੀ ਇੰਨੀ ਇਹ ਕੱਲ੍ਹ ਅਗਜਸਟ ਹੋ ਗਈ ਹਾਂ ਤੇ ਇਸ ਤਰ੍ਹਾਂ ਬਹੁਤ سارے ਮਤਲਬ ਬੱਚੇ ਬੱਚੀਆਂ ਮਾਪਾਪ ਜਾਣ ਤੋਂ ਬਾਅਦ ਜਿਹੜੇ ਕਮਜ਼ੋਰ ਐ ਜਾਂ ਮਾਨਸਿਕ ਪਕੋ ਡਿਪਰੈਸ਼ਨ ਚਲੇ ਗਏ ਇਦਾਂ ਹੀ ਬਹੁਤ ਸਾਰੇ ਮਤਲਬ ਨੌਜਵਾਨ ਹੈਗੇ ਜਿਹੜੇ ਕਿ ਆਪਣੇ ਪੇਰੈਂਟਸ ਨੂੰ ਸੰਭਾਲਣ ਦੇ ਲਈ ਇਦਾਂ ਦੇ ਹਾਲਾਤਾਂ ਵਿੱਚ ਪਹੁੰਚ ਗਏ ਤੇ ਇੰਨੀ ਜਿਆਦੇ ਮਤਲਬ ਸਮਾਜ ਦੇ ਵਿੱਚ ਵੱਡੇ ਪੱਧਰ ਤੇ ਲੋਡ ਹੈਗੀ ਐ ਤੇ ਅਸੀਂ ਕੋਸ਼ਿਸ਼ ਕਰਦੇ ਹਾਂ ਸਮਾਜ ਦੇ ਵਿੱਚ ਜਿਵੇਂ ਰਾਤ ਚੱਕ ਕੇ ਲੈ ਕੇ ਆਏ ਤੇ ਸਵੇਰੇ ਉਹਨਾਂ ਦੇ ਵਾਰਸ ਮਿਲ ਗਏ ਬੜੀ ਜਲਦੀ ਰਾਤ ਨੂੰ ਨਹੀਂ ਭਾਵਾਂ ਅਸੀਂ ਕੋਸ਼ਿਸ਼ ਕਰਦੇ ਹਾਂ ਉਹਨਾਂ ਦੇ ਸਭ ਤੋਂ ਪਹਿਲਾਂ ਅਸੀਂ ਸਬੰਧਤ ਮਹਿਕਮਿਆਂ ਨੂੰ ਤੇ ਅਧਿਕਾਰੀਆਂ ਨੂੰ ਜਾਂ ਹੈਲਪਲਾਈਨ ਨੂੰ ਫੋਨ ਕਰੀਏ ਕਰਦੇ ਹੁੰਦੇ ਆ ਤੇ ਜੇ ਬਾਈਚਾਂਸ ਉਹ ਟਾਈਮ ਸਿਰ ਨਹੀਂ ਪਹੁੰਚ ਪਾਉਂਦੇ ਤੇ ਫਿਰ ਅਸੀਂ ਆਪਣੇ ਆਪ ਹੀ ਸਾਨੂੰ ਸਾਡਾ 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 ਪਰਿਵਾਰ ਹੈ ਫਿਰ ਅਸੀਂ ਆਪਣੇ ਸਮਾਜਿਕ ਪਰਿਵਾਰ ਦੇ ਮੈਂਬਰਾਂ ਦੀ ਕੋਸ਼ਿਸ਼ ਕਰਦੇ ਆਂ ਤੇ ਸਾਰੇ ਇਕੱਠੇ ਹੋ ਕੇ ਅਸੀਂ ਮਤਲਬ ਇਸ ਵੇਲੇ ਸੰਸਥਾ ਜੇ ਖੜੀ ਹੋਈ ਹੈ ਤੇ ਤੁਰਨ ਤੇ ਮੈਨੂੰ ਲੱਗਦਾ ਬਹੁਤ ਜ਼ਿਆਦੇ ਤੇਜ਼ੀ ਨਾਲ ਤੁਰਨ ਦੀ ਲੋੜ ਹੈਗੀ ਹੈ ਤੇ ਸਮਾਜ ਦੇ ਵਿੱਚ ਤਾਂ ਬਹੁਤ ਸਾਡੇ ਸਾਥੀ ਵੇਟ ਕਰ ਰਹੇ ਹੋਗੇ ਆ ਤੇ ਹਰ ਜ਼ਿਲ੍ਹੇ ਦੇ ਵਿੱਚ ਮਤਲਬ ਇਹ ਪ੍ਰੋਜੈਕਟ ਇਦਾਂ ਦੇ ਵੱਡੇ ਵੱਡੇ ਲੱਗਣੇ ਚਾਹੀਦੇ ਹੈਗੇ ਤੇ ਸਟ੍ਰੈਟਜੀ ਗਵਰਨਮੈਂਟ ਜਿੰਨੀ ਜਲਦੀ ਬਣਾ ਲੂਗੀ ਤੇ ਉਹਦੇ ਵਿੱਚ ਪੁਲਿਸ ਡਿਪਾਰਟਮੈਂਟ ਆਪਣੀ ਡਿਊਟੀ ਕਰ ਲਵੇ ਤੇ ਹਸਪੀਟਲ ਆਪਣੀ ਡਿਊਟੀ ਕਰ ਲਵੇ ਤੇ ਐਂਬੂਲੈਂਸਾਂ ਨਾਲ ਹੋਰ ਸਮਾਜਿਕ ਸੰਸਥਾਵਾਂ ਵੀ ਤਿਆਰ ਹੈਗੀਆਂ ਇਹ ਸਿਰ ਕੋ ਗੱਲ ਨਹੀਂ ਹੈਗੀ ਸਾਰੇ ਕਰਨ ਲੱਗੇ ਹੋਈਆਂ ਹੈ ਤੇ ਸਾਡੀ ਸੰਸਥਾ ਤਾਂ ਬਹੁਤ ਜ਼ਿਆਦੇ ਬੇਸਬਰੀ ਨਾਲ ਆਪਣੇ ਨਾਗਰਿਕ ਨੂੰ ਬਚਾਉਣ ਦੀ ਕੋਸ਼ਿਸ਼ ਕਰਦੀ ਹੈ ਤੇ ਇਹ ਸਾਰਾ ਮਤਲਬ ਪਰਮਾਤਮਾ ਦੀ ਕਿਰਪਾ ਤੇ ਸੰਗਤ ਸਮਾਜਦਾਰੀ ਸਜਣਾ ਦੇ ਸਹਿਯੋਗ ਨਾਲ ਮੰਨ ਲਾ ਦਸਣਾ ਵੀ ਯਤਨ ਨਹੀਂ ਦੇ ਰਿਹਾ ਹੁਣ ਜੀ ਤੇ ਇਹ ਮਤਲਬ ਉਹ ਦਿਨ ਦੂਰ ਨਹੀਂ ਹੈ ਕਿ ਜਿਹਦੇ ਨਸੀਂ ਅਲੱਗ-ਅਲੱਗ ਜ਼ਿਲ੍ਹਿਆਂ ਦੇ ਵਿੱਚ ਜਿੰਨੀਆਂ ਐਂਬੂਲੈਂਸਾਂ ਦੀ ਲੋੜ ਹੈਗੀ ਹੈ ਤੇ ਸੰਗਤ ਦੇ ਸਹਿਯੋਗ ਨਾਲ ਇਹ ਦੇਖਣ ਨੂੰ ਗੱਲ ਸੁਣਨ ਨੂੰ ਅਜੀਬ ਲੱਗਦੀ ਹੈ ਵੀ ਅਲੱਗ-ਅਲੱਗ ਜ਼ਿਲ੍ਹਿਆਂ ਵਿੱਚ ਐਦਾਂ ਅਮਰਜੈਂਸੀ ਹਾਲਾਤਾਂ ਨੂੰ ਤੁਸੀਂ ਹੱਲ ਕਰਨ ਦੇ ਲਈ ਐਦਾਂ ਆਈਵੀਆਰ ਸਿਸਟਮ ਲਾਉਣ ਲੱਗੇ ਹੁਣ ਹੂੰ ਤੇ ਉਹਦੀਆਂ ਸੇਵਾਵਾਂ ਮੈਂ ਕਿਹਾ ਸੰਗਤ ਵਿਚਾਰੀ ਆਪਣੇ ਵੱਲੋਂ ਕੋਸ਼ਿਸ਼ ਕਰਦੇ ਹੈਗੇ ਆਂ ਵੀ ਫਟਾਫਟ ਕਾਲ ਆਵੇ ਤੇ ਸਾਡੀ ਐਂਬੂਲੈਂਸ ਉਥੇ 15 ਮਿੰਟ ਚ ਪਹੁੰਚਣੀ ਹੈ ਦੀ 15 ਮਿੰਟ ਚ ਪਹੁੰਚੇ 20 ਮਿੰਟ ਚ ਪਹੁੰਚੇ ਦੀ 20 ਮਿੰਟ ਜਿਹੜਾ ਵੀ ਜਿੱਦਾਂ ਅਲੱਗ-ਅਲੱਗ ਜਦੇ ਖੜਾ ਗਿਆ ਇਦਾਂ ਹੀ ਜ਼ਿਲ੍ਹਿਆਂ ਦੇ ਵਿੱਚ ਐਗਾ ਇਦਾਂ ਹੀ ਅਲੱਗ-ਅਲੱਗ ਫਿਰ ਹੋਰ ਸਟੇਟਾਂ ਤੇ ਉਹਦੇ ਅਲੱਗ-ਅਲੱਗ ਜ਼ਿਲ੍ਹਿਆਂ ਦੇ ਵਿੱਚ ਵੀ ਨਾਗਰਿਕ ਜਿ ਸਮਾਜ ਵੱਡਾ ਦੁਨੀਆ ਵੱਡੀ ਹੈ ਸਮਾਜ ਵੱਡਾ ਜ਼ਰੂਰਤਾਂ ਵੱਡੀਆਂ ਨੇ ਤਾਂ ਫਿਰ ਪਲੈਨਿੰਗਸ ਵੀ ਵੱਡੀਆਂ ਹੋਣੀਆਂ ਚਾਹੀਦੀਆਂ ਨੇ ਔਰ ਮੈਨੂੰ ਚੰਗਾ ਲੱਗਿਆ ਤੁਹਾਡੇ ਖਿਆਲਾਂ ਸਾਰੀਆਂ ਚੀਜ਼ਾਂ ਕਰ ਪਾਇਓ ਬਹੁਤ ਸਾਰੀਆਂ ਅੱਗੇ ਹੋਣੀਆਂ ਨੇ ਔਰ ਬਹੁਤ ਸਾਰੇ ਲੋਕ ਜਿਹੜੇ ਜੁੜੇ ਨੇ ਉਹਨਾਂ ਨੇ ਇਹਨਾਂ ਨੂੰ ਪੂਰਾ ਕਰਨ ਦੇ ਵਿੱਚ ਪੂਰਾ ਸਹਿਯੋਗ ਦਿੱਤਾ ਪਰ ਫਿਰ ਵੀ ਮੈਂ ਅਗਲੇ ਐਪੀਸੋਡ ਦੇ ਵਿੱਚ ਮੈਂ ਦਰਸ਼ਕਾਂ ਨੂੰ ਵੀ ਦੱਸਣਾ ਚਾਹਾਂਗਾ ਅਸੀਂ ਇਹ ਜ਼ਰੂਰ ਜਾਨਣਾ ਚਾਹਾਂਗੇ ਕਿ ਕਿਸ ਤਰੀਕੇ ਦੇ ਨਾਲ ਲੋਕ ਜਿਹੜੇ ਕਿਉਂਕਿ ਹਰ ਕਿਸੇ ਕੋਲੇ ਲੱਖਾਂ ਕਰੋੜਾ ਨਹੀਂ ਹੁੰਦੇ ਕਿਸੇ ਕੋਲੇ ਥੋੜਾ ਹੁੰਦਾ ਕਿਸੇ ਕੋਲੇ ਵੱਧ ਹੁੰਦਾ ਔਰ ਕਿਸੇ ਕੋਲ ਪੈਸਾ ਨਹੀਂ ਹੁੰਦਾ ਸਿਰਫ ਚਾਹਤ ਹੁੰਦੀ ਹੈ ਕਿ ਮੈਂ ਕੁਝ ਕਰਾਂ ਸੁਝਾਉਂਦਾ ਹਾਂ ਬਹੁਤ ਸਾਰੀ ਚੀਜ਼ਾਂ ਤਾਂ ਜਿਹੜੇ ਉਹ ਲੋਕ ਨੇ ਉਹ ਕਿਸ ਤਰ੍ਹਾਂ ਆਸਰਾ ਸੰਸਥਾ ਦੇ ਨਾਲ ਜੁੜ ਸਕਦੇ ਨੇ ਔਰ ਉਹ ਆਪਣ ਡਿਊਟੀ ਨੂੰ ਕਿਵੇਂ ਪੂਰਾ ਕਰ ਸਕਦੇ ਨੇ ਅਗਲੇ ਐਪੀਸੋਡ ਦੇ ਵਿੱਚ ਜਰੂਰ ਤੁਹਾਡੇ ਤੋਂ ਜਾਣਨਾ ਚਾਹਾਂਗਾ ਤਾਂ ਕਿ ਲੋਕਾਂ ਤੱਕ ਇਹ ਗੱਲਬਾਤ ਪਹੁੰਚੇ ਬਹੁਤ ਬਹੁਤ ਧੰਨਵਾਦ ਤੁਸੀਂ ਆਪਣਾ ਸਮਾਂ ਧੰਨਵਾਦ ਤੁਸੀਂ ਇਸ ਸਮਾਜ ਦਾ ਮੁੱਦਾ ਵਾਕਈ ਇਨੀ ਹਮਦਰਦੀ ਤੁਹਾਡੇ ਅੰਦਰ ਮੈਂ ਤੁਹਾਡੀ ਸਮੁੱਚੀ ਮੈਨੇਜਮੈਂਟ ਦਾ ਟੀਮ ਦਾ तहे ਦਿਲੋਂ ਧੰਨਵਾਦ ਕਰਦਾ ਪਰਮਾਤਮਾ ਤੁਹਾਨੂੰ ਸ਼ਕਤੀ ਬਖਸ਼ੇ ਤੇ ਸਮੂਸਰੋਤਿਆਂ ਨੂੰ ਸ਼ਕਤੀ ਬਖਸ਼ੇ ਤੇ ਸਾਨੂੰ ਸਾਰਿਆਂ ਨੂੰ ਰਲ ਮਿਲ ਕੇ ਅਸੀਂ ਕੋਸ਼ਿਸ਼ ਕਰੀਏ ਜੀ ਐਦਾਂ ਹੀ ਆਪਾਂ ਸ਼ਾਮਾ ਸਮਾਜ ਦੇ ਨਾਮ ਲਾਉਂਦੇ ਰਹੇ ਤੇ ਮੈਨੂੰ ਲੱਗਦਾ ਫਿਰ ਇਹਨੂੰ ਇਹਨੂੰ ਖੂਬਸੂਰਤ ਸ਼ਿੰਗਾਰਨ ਦੇ ਲਈ ਯੋਗਦਾਨ ਪਾਉਂਦੇ ਰਹ ਸੁਰਖੁਰੂ ਹੋ ਕੇ ਸਮਾਜ ਨੂੰ ਜਾਵਾਂਗੇ ਤੇ ਮਿੱਟੀ 'ਚ ਮਿਲਣ ਤੋਂ ਪਹਿਲਾਂ ਮਨ ਤੇ ਬੋਝ ਨਹੀਂ ਹੋਊਗਾ ਕਿ ਅਸੀਂ ਕੋਸ਼ਿਸ਼ ਨਹੀਂ ਕੀਤੀ ਤੇ ਤੁਹਾਨੂੰ ਸਾਰਿਆਂ ਦਾ ਬਹੁਤ-ਬਹੁਤ ਤਹਿ ਦਿਲੋਂ ਧੰਨਵਾਦ ਵੈਗਦੇ ਕਾ ਖਾਲਸਾ ਵੈਗਦੇ ਕੀ ਫਤਿਹ ਸਤਿ ਸ਼੍ਰੀ ਅਕਾਲ ਜੀ